खा ली थी रोटी? हाँ दादी खा ली। चूरी किवें लगी? चूरी तो दादी बहुत स्वाद बनी सी। मैं ना मुंह जो थोड़ा करारा करना सी। अच्छा, मैं दाल पा ली, दाल भी बहुत स्वाद बनी। आ मिठा जा खा के फिर मुंह करारा तो करना ही पैंदा है ना। चल वधिया दादी, हुण रोटी पानी ਕਿਹੜੇ ਬੇਗ ਮੈਨੂੰ ਸਤਿ ਸ੍ਰੀ ਅਕਾਲ ਜੀ ਬੁਲਾ ਕੇ ਹੋਰ ਮਾਂ ਉਹ ਦੁਬਾਰੇ ਬੁਲਾ ਦਿੰਦੇ ਆ। ਡੈਡੀ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਮੇਰਾ ਪੁੱਤਾ, ਸਤਿ ਸ੍ਰੀ ਅਕਾਲ। ਹੁਣ ਸਤਿ ਸ੍ਰੀ ਅਕਾਲ ਦੇਖ ਲਾ, ਪਖੰਡ ਤਾਂ ਬਾਹਰ ਆਉਂਦੇ ਆ। ਕਿਹਨੂੰ? ਤੈਨੂੰ। ਕੱਲ ਹੋ ਕੀ ਕਰਤੇ ਪਖੰਡ ਦਾ ਫੰਡ ਹੋਇਆ ਤੇ ਮੈਂ ਮਿਲਦੀ ਆ। ਕਿਹੜੇ ਮੇਲੇ ਦੀ ਆਈ ਆ ਪਤਾ ਤੈਨੂੰ? ਹੁਣ ਮੈਨੂੰ ਹਾਂ ਪਤਾ ਨੀ ਦਾਦੀ ਤਾਂ ਉਹੀ ਬੋਲ ਮਾਰੀ ਜਾਂਦੀ ਆ। ਕੀ ਗੱਲ, ਤੁਸੀਂ ਦਾਦੀ ਨੂੰ ਮਿਲੇ ਨੀ? ਦਾਦੀ ਕਦੋਂ ਦੀ ਆਈ ਬੈਠੀ ਆ? ਮਿਲਿਆ ਤਾਂ ਸੀ, ਬਸ ਰਾਹ ਦੇ ਵਿੱਚ ਮਿਲੇ ਸੀ ਆਉਂਦੇ। ਇਹ ਮੈਂ ਗੱਡੀ ਤੇ ਚੜ੍ਹਦਾ ਸੀ ਉਦੋਂ, ਹੋਰ ਉਦੋਂ ਦਾ ਮਿਲਿਆ, ਉਦੋਂ ਬਾਅਦ ਹੁਣ ਆਇਆ। ਮੁੜ ਕੇ ਤੁਸੀਂ ਹੁਣ ਆਇਓ? ਖਰੇ ਜਮਾ ਹੀ ਤੁਸੀਂ ਟਿਕਦੇ ਹੈਗੇ। ਮੈਨੂੰ ਤਾਂ ਐਂ ਹੋਇਆ ਪਿਆ ਡੈਡੀ ਜੀ, ਮੈਂ ਜੇਲ੍ਹ 'ਚ ਬੈਠੀ ਹੁੰਦੀ ਆ, ਕਦੇ ਉੱਪਰ ਆਪਦੇ ਕਮਰੇ ਚਲ ਗਈ, ਕਦੇ ਇੱਥੇ ਆ ਗਈ, ਬਸ ਐਂ ਕਰੀ ਜਾਂਦੀ ਆ। ਕਮਾਲ ਆ ਪੁੱਤ, ਘਰ ਵੀ ਤੈਨੂੰ ਜੇਲ੍ਹ ਲੱਗਦਾ ਗਾ, ਹੱਦ ਹੋ ਗਈ। ਡੈਡੀ ਬੋਰ ਹੋ ਰਹੀ ਆ ਬਹੁਤ ਜ਼ਿਆਦਾ ਮੈਂ। ਤੇ ਤੂੰ ਚਾਹੁੰਦੀ ਕੀ ਆ? ਉਹ ਕਰ ਲੈ, ਆਪਾਂ ਕਿਤੇ ਵਕੇਸ਼ਨ ਤੇ ਚੱਲੀਏ। ਲੈ ਸੁਣ, ਮੇਰੇ ਬਾਰੇ ਵੀ ਤਾਂ ਸੋਚਿਆ ਕਰੋ ਨਾ। ਮੈਂ ਇੰਨੇ ਟਾਈਮ ਬਾਅਦ ਆਈ, ਤੁਸੀਂ ਮੈਨੂੰ ਜਮਾ ਨੀ ਟਾਈਮ ਦਿੰਦੇ ਹੈਗੇ। ਪੁੱਤਾ ਪੂਰਾ ਦੇਵਾਂਗੇ, ਕਿਉਂ ਨੀ ਦਿੰਦੇ ਟਾਈਮ? ਇਹ ਤਾਂ ਜ਼ਰੂਰੀ ਕੰਮ ਸੀਗਾ। ਤੇ ਮੇਰੇ ਕੋਲ ਤੇਰਾ ਦੀ ਨੀ ਲੱਗਦਾ। ਮੇਰੀ ਸਾਸੂ ਮਾਂ ਕਹਿ ਦਿੰਦੀ ਸੀਗੀ, ਮੇਰੇ ਯਾਦ ਆ ਜੇ ਹੀਰਾ ਵਾਲਾ ਕਰਦੇ, ਮੇਰਾ ਘੱਟ ਕਰਦੇ। ਹੋਰ ਉਹ ਵੀ ਐ ਕਹਿ ਦਿੰਦੀ। ਹੋਰ ਹਾਂ, ਚੂਰੀ ਬਣਾ ਕੇ ਦਿੱਤੀ ਸੀ ਮੈਨੂੰ ਦਾਦੀ ਨੇ, ਖਾ ਲਈ। ਫਿਰ ਮੈਂ ਰੋਟੀ ਖਾ ਲਈ ਘਰੇ ਬਹਿ ਕੇ। ਹੁਣ ਕੀ ਕਰਨਾ, ਖਾਣ ਤੇ ਜ਼ੋਰ ਆ ਹੁਣ ਮੇਰਾ। ਤੇ ਏਸੀ ਲੱਗ ਪਏ ਆ ਬਸ, ਹੋਰ ਕੀ ਆ। ਬਾਕੀ ਫਿਰ ਹੁਣ ਕਈਆਂ ਨੂੰ ਤਾਂ ਫਿਕਰ ਹੈ ਨੀ ਗੀ, ਚਲੇ ਜਾਂਦੇ ਨੇ ਇੱਧਰ ਉੱਧਰ, ਮਗਰ ਦੇਖਦੇ ਨੀ ਵੀ ਜਵਾਕ ਵੀ ਹੁੰਦੇ ਨੇ ਗੇ, ਬਸ ਕੰਮ ਦਾ ਹੀ ਹੁੰਦਾ ਬਸ ਕੰਮ। ਮੈਂ ਨੀ ਲੈਣੀ ਪੁਲਿਸ ਵਾਲੀ ਡਿਊਟੀ, ਮੈਂ ਵੀ ਆਖਿਆ ਸੀ ਮੈਨੂੰ। ਕਿਉਂ ਨਾ ਟਾਈਮ ਨਹੀਂ ਹੁੰਦਾ ਹੈਗਾ ਦਾਦੀ, ਟਾਈਮ ਜਮਾ ਹੀ ਨਹੀਂ ਮਿਲਿਆ ਕਰਨਾ ਹੈਗਾ। ਫਿਰ ਉਧਰੋਂ ਮੈਂ ਬਿਜ਼ੀ, ਉਧਰੋਂ ਡੈਡੀ, ਮੈਂ ਜਿਹੜਾ ਟਾਈਮ, ਇੰਨਾ ਟਾਈਮ ਮੈਂ ਆਪਣਾ ਖਰਾਬ ਕਰ ਚੁੱਕੀ ਆ ਡੈਡੀ ਤੋਂ ਬਿਨਾਂ। ਮੈਂ ਇੰਨਾ ਕਿੰਨੇ ਸਾਲ ਉੱਥੇ ਲਾਏ ਨੇ, ਮੈਂ ਉਹੀ ਟਾਈਮ ਹੁਣ ਦੁਬਾਰਾ ਤੋਂ ਕਵਰ ਕਰਨਾ ਚਾਹੁੰਦੀ ਆ ਵੀ ਡੈਡੀ ਨਾਲ ਉਹੀ ਟਾਈਮ ਮੈਂ ਸਪੈਂਡ ਕਰਾਂ। ਤੇਰੀ ਗੱਲ ਠੀਕ ਹੈ ਪੁੱਤ। ਅੱਜ ਅਸੀਂ ਐ ਬਾਹਰ ਆਏ ਹੋ ਜਾਂਦਾ ਦੇਖ, ਅੱਜ ਅਸੀਂ ਬਾਹਰ ਗਏ ਤੇ ਬਾਹਰ ਗਏ, ਅੱਜ ਕੋਈ ਬੰਦਾ ਨਾ ਸਾਹਮਣੇ ਪੂਰੀ ਗੋਲੀ ਮਾਰ ਲੱਗਿਆ ਸੀ। ਦੇਖ ਗੋਲੀ ਇੱਥੋਂ ਹੀ ਲੰਘ ਗਈ, ਸੋਨੀ ਮੋਹਰੇ ਹੋ ਗਈ, ਭੱਜ ਕੇ ਪਤਾ ਲੱਗ ਗਿਆ। ਮੈਨੂੰ ਡੈਡੀ ਸੱਚੀ ਤੇਰੀ ਬਾਲੀ ਫਿਕਰ ਰਹਿੰਦੀ ਆ, ਚੱਲਦੇ ਰਹਿੰਦਾ ਦੁਨੀਆਦਾਰੀ ਚ। ਜੇ ਮੈਂ ਕੰਮ ਛੱਡ ਦੂੰਗਾ ਫੇਰ ਕਿਹੜਾ ਮੈਨੂੰ ਬਖਸ਼ ਦੇਣਗੇ? ਜਿਹੜੇ ਮੇਰੇ ਮਗਰ ਪਏ ਉਹਨਾਂ ਤਾਂ ਪਈ ਜਾਣਾ, ਆਖਣਗੇ ਛੱਡ ਜਿਹੜੇ ਮੇਰੇ ਪਹਿਲਾਂ ਦੇ ਕੰਮ ਕਰੇ ਪਿਆ ਉਹ ਆ। ਜਿਹੜਾ ਪਰਮਾਤਮਾ ਹੈਗਾ ਨਾ ਆਪੇ ਬਚਾ ਲੂਗਾ ਮੈਨੂੰ, ਪਰਮਾਤਮਾ ਦੇ ਤੈਨੂੰ ਆਇਆ ਪਰਮਾਤਮਾ ਦੇ ਭਰੋਸਾ ਤਾਂ ਹੈਗਾ ਨਾ। ਹਾਂ ਬਹੁਤ ਵੱਡੀ ਗੱਲ ਤੇ ਹੈ, ਪਰਮਾਤਮਾ ਤੇ ਮੈਨੂੰ ਭਰੋਸਾ। ਇਹ ਗੱਲ ਨਹੀਂ ਮੰਨਦਾ ਨਾ ਪੁੱਤ, ਤੇਰੇ ਪਿਓ ਇਹ ਜਾ ਠੀਕ ਆ ਸੋਨੀ ਹੁਣ ਤੋਂ? ਹਾਂਜੀ ਹਾਂਜੀ ਠੀਕ ਆ। ਆ ਦੇਖੋ ਦੇਖ ਲਹੂ ਨਿਕਲਿਆ ਇਹ ਗੱਲ। ਹਾਂ ਇੱਧਰ ਲੱਗੀ ਕੋਈ ਹੈ, ਕੋਈ ਦੀ ਲੰਗੀ ਥੋੜੀ ਜੂਹੀ ਲੱਗੀ। ਮਾਸੀ ਤੁਸੀਂ ਠੀਕ ਹੋ? ਹਾਂ ਹਾਂ ਪੁੱਤ ਠੀਕ ਆ ਜੀ, ਵਧੀਆ।
ਚਲੋ ਠੀਕ ਹੈ ਜੀ, ਧੰਨਵਾਦ ਜੀ ਤੁਹਾਡਾ, ਬਹੁਤ ਬਹੁਤ ਧੰਨਵਾਦ ਆ ਡੈਡੀ। ਅੱਛਾ ਚਲੋ ਠੀਕ ਹੈ, ਠੀਕ ਹੈ, ਧੰਨਵਾਦ ਜੀ ਤੁਹਾਡਾ, ਧੰਨਵਾਦ, ਠੀਕ ਹੈ। ਆ ਫੋਨ ਜਾਂ ਮੈਂ 20 ਵਾਰੀ ਕਿਹਾ ਵੀ ਜਦੋਂ ਮੈਂ ਕੁਰਤੀ ਕੋਲੇ ਬੈਠਾ ਨਾ ਫੋਨ ਨਾ ਆਇਆ ਨਾ ਕਰ, ਜਾਂ ਭਾਈ ਨਹੀਂ ਸੁਣਦਾ। ਡੈਡੀ ਸੁਧਰ ਜਾ ਸੁਧਰ ਜਾ, ਤੂੰ ਮੈਂ ਹਲੇ ਫੋਨ ਖੋਲ ਹੀ ਲੱਗੀ ਸੀਗੀ, ਦੇਖ ਲਾ ਲੱਗਿਆ ਸੀਗਾ, ਇੰਨਾ ਪਤਾ ਲੱਗ ਗਿਆ ਸੀ ਤਾਂ ਹੀ ਤਾਂ ਟਾਈਮ ਨਾਲ ਕੱਟਤਾ। ਇਹ ਫੋਨ ਜਦੋਂ ਫੋਨ ਇਹਦੇ ਕੋਲ ਬੈਠ ਤੇ ਫੋਨ ਆ ਜਾਣਾ ਤੇ ਫੋਨ ਮੈਨੂੰ ਆਇਆ ਤਾਂ ਫੋਨ ਤਾਂ ਜਾਊਗਾ ਕਿਸੇ ਦਿਨ। ਹਾਂ ਇਹ ਚਲਾ ਕੇ ਵੀ ਮਰਦਾ, ਇਹ ਵੀ ਦੇਖ ਲੈ, ਤੁਸੀਂ ਉਹਨਾਂ ਨੂੰ ਤਾਂ ਬਿਠਾ ਲਓ, ਮਾਸੀ ਵਿਚਾਰੀ ਖੜੀ ਹੋਈ ਆ, ਮਾਸੀ ਆ ਜਾਓ ਇੱਧਰ ਬੈਠ ਜਾਓ। ਨਹੀਂ ਨਹੀਂ ਮੈਂ ਰੱਖੀ ਦੀ ਹੁੰਦੀ ਆ, ਤਾਂ ਇਹ ਜੀ ਆ ਮਾਸੀ ਜੀ ਬੈਂਦੀ ਹੁੰਦੀ ਜਦੋਂ ਅਸੀਂ ਬਾਹਰ ਜਾਂਦੇ ਨਾ, ਗੇੜੇ ਦਿੰਦੀ ਰਹਿੰਦੀ ਉੱਤੋਂ ਦੀ ਮੇਰੇ ਡਿਊਟੀ ਸਖਤ ਹੈ। ਦੇਖ ਲਓ ਵਿਚਾਰੀ ਆਪ ਉਹਦੇ ਸੱਤ ਲੱਗਣੀ ਸੀਗੀ, ਬਚ ਗਈ ਉਹ ਵੀ ਵਿਚਾਰੀ, ਉਹ ਫੇਰ ਹੀ ਡਿਊਟੀ ਨਾਲ ਲਾਈ ਆ, ਤਾਂ ਹੀ ਲਾਈ ਆ ਡਿਊਟੀ ਦੇ ਨਾਲ, ਆ ਦੇਖ ਸਾਰੀ ਮੈਂ ਤੇ ਵਿਸ਼ਵਾਸ ਕਰਦਾ ਜਮਾ ਖੈ ਕੇ ਨੰਗੀ ਆ ਗੋਲੀ, ਆ ਦੇਖ ਕੀ ਹੋਈ। ਅਜੇ ਉਹਨੂੰ ਡਰ ਨਹੀਂ ਲੱਗਦਾ ਗੋਲੀਆਂ ਗੋਲੀਆਂ ਤੋਂ? ਕੀ ਹੋਈ, ਇੱਕ ਚਰਨੋ ਹੋਈ, ਕਰਾਣੀ ਹੋਈ, ਤਿੰਨ ਨਾ ਵਸ ਜੀ ਤੇ ਮੈਂ ਵਿਸ਼ਵਾਸ ਕਰਦਾ, ਦੂਜੀ ਤੇ ਮੈਂ ਕਿਸੇ ਤੇ ਵਿਸ਼ਵਾਸ ਨਹੀਂ ਕਰਦਾ। ਮਨੂ ਆਪਣੀ ਮਾਂ ਤੇ ਮੇਰੇ ਤੇ, ਮਾਂ ਕਿੱਥੇ ਜਾਦਾ, ਮਾਂ ਤਾਂ ਕਦੇ ਰਹਿੰਦੇ ਹੋ, ਬਾਹਰ ਦੀ ਗੱਲ ਕਰਦਾ, ਬਾਹਰ ਦੇ ਬੰਦੇ ਦੀ ਗੱਲ ਕਰਦਾ, ਮਾਂ ਨੂੰ ਨਿਸ਼ਾਨ ਦਾ ਆਇਆ ਫਿਰ ਮੈਂ ਤਾਂ ਕਹੀ ਜਾਂਦੀ ਆ, ਮੈਂ ਨਿਸ਼ਾਨ ਦਾ ਬਸ ਬਸ ਮਾਂ ਅੱਜ ਦਾ ਗੱਲ ਕਹਿਤੀ, ਬਾਅਦ ਨਾ ਕਹਿ ਦੇ। ਆਹੋ ਹਾਂ, ਤੇ ਫਿਰ ਤੂੰ ਆਏ ਕਿਵੇਂ ਕਹਿਤਾ ਵੀ ਉਹ ਮੇਰਾ ਵਿਆਹ ਨਹੀਂ ਕਰਦੀਆਂ, ਤੇ ਫਿਰ ਮੇਰੇ ਤਾਂ ਨਾਂ ਵੀ ਨਹੀਂ ਲਿਆ। ਉਹ ਮਾਂ ਮੇਰੀ ਹੈ, ਮੈਂ ਤਾਂ ਮਾਇਆ ਕਹਿਣਾ ਵੀ ਜਦੋਂ ਤੁਸੀਂ ਬਾਹਰ ਜਾਂਦੇ ਹੈਗੇ ਇਮਾਨਦਾਰ ਵੀ ਜਿਹੜਾ ਕੰਮ ਕਰਦੇ ਰੋਕ ਦੂਜੇ ਉਹਨਾਂ ਦੀ ਗੱਲ ਕਰਦਾ, ਮੈਂ ਆਪਣੇ ਘਰ ਦੇ ਪਰਿਵਾਰ ਦੀ ਗੱਲ ਸੋਚੀ ਕਰੀ ਹੈ। ਮੈਂ ਕਿਤੇ ਨਾ ਬਸ ਮਾਸੀ ਆ ਜੀ, ਮਾਂ ਦਾ ਪਿਆਰ ਲੋ ਤੁਸੀਂ ਵੀ ਤੁਹਾਡੇ ਵੀ ਚੱਕੀ ਹੋਈ ਨਾ ਪੁੱਤ, ਮੈਂ ਤਾਂ ਇਹੀ ਕਰੀ ਕਰਦੀ ਰਹੀ। ਮਾਸੀ ਦਾ ਨੇਚਰ ਬਹੁਤ ਵਧੀਆ। ਡੈਡੀ ਮੇਰੀ ਗੱਲ ਸੁਣੋ, ਜੇ ਤੈਨੂੰ ਕਦੇ ਕੁਛ ਹੋ ਗਿਆ ਤਾਂ ਮੇਰਾ ਕੀ ਹੋਊਗਾ? ਨਾ ਪੁੱਤ, ਆਪਾਂ ਸੋਚ ਹੀ ਨਾ ਕਰੋ ਜੀ, ਡਰ ਲੱਗਦਾ ਦਾਦੀ। ਹੁਣ ਦੇਖ ਲੋ, ਹੁਣ ਅੱਜ ਡੈਡੀ ਕਹਿੰਦਾ ਤੂੰ ਮੇਰੇ ਲਈ ਕੀ ਹੈ, ਸ਼ਾਇਦ ਤੈਨੂੰ ਪਤਾ ਵੀ ਨਹੀਂ ਹੋਣਾ ਹੈਗਾ। ਤੂੰ ਮੇਰੇ ਕੀ ਹੈ, ਸ਼ਾਇਦ ਤੈਨੂੰ ਪਤਾ ਵੀ ਨਹੀਂ ਹੋਣਾ, ਇਹ ਤੁਹਾਨੂੰ ਦੋਨਾਂ ਨੂੰ ਨੀ ਪਤਾ ਮੇਰੇ ਵਾਸਤੇ ਤੁਸੀਂ ਕੀ ਹੁੰਦਾ ਹੈ। ਦੇਖ ਆਪਾਂ ਤਿੰਨੇ ਇੱਕ ਦੂਜੇ ਲਈ ਬਹੁਤ ਜ਼ਰੂਰੀ ਆ। ਉਹ ਸਾਡਾ ਤਾਂ ਕਿਸੇ ਬਿਨਾਂ ਨਹੀਂ ਹੁੰਦਾ, ਕੀ ਕਰਕੇ ਮੈਂ ਤਾਂ ਪਰਮਾਤਮਾ ਨੇ ਭਰੋਸਾ, ਮੈਨੂੰ ਕੁਛ ਨਹੀਂ ਹੁੰਦਾ, ਮੈਨੂੰ ਇੰਨਾ ਵਿਸ਼ਵਾਸ ਆ। ਠੀਕ ਹੈ, ਪਰ ਡੈਡੀ ਤੈਨੂੰ ਪਤਾ ਹੈ ਫਿਰਦੇ ਨਾ ਮੇਰੇ ਆਸੇ ਪਾਸੇ, ਆਹ ਮੈਂ ਤਾਂ ਉਹਨੂੰ ਗਿੱਦੜ ਸਮਝਦਾ। ਗਿੱਦੜ ਕਿਤੇ ਸ਼ੇਰ ਦਾ ਸ਼ਿਕਾਰ ਕਰਦੇ ਹੁੰਦੇ ਨਹੀਂ? ਕਰਦੇ ਨਾ, ਬਸ ਉਹ ਸ਼ੇਰ ਦਾ ਸ਼ਿਕਾਰ ਨਹੀਂ ਕਰ ਸਕਦੇ। ਅੱਛਾ ਦਾਦੀ, ਸ਼ੇਰ ਕੌਣ ਆ ਫਿਰ ਇੱਥੇ? ਸ਼ੇਰ ਉਹ ਹੁੰਦਾਗਾ ਜਿਹੜਾ ਜੰਗਲ 'ਚ ਰਹਿੰਦਾ ਹੁੰਦਾ। ਫਿਰ ਉਹ ਕਿਹੜਾ ਵਾ ਸ਼ੇਰ ਆਪਣੇ ਇੱਥੇ? ਆਪਣੇ ਸ਼ੇਰ ਆ ਤੇ ਮੇਰਾ ਪੁੱਤ ਵੀ ਸ਼ੇਰ ਆ, ਸ਼ੇਰ ਆ ਬੱਚਾ। ਡੈਡੀ ਆਪਣੇ ਆਪ ਨੂੰ ਕਹਿੰਦਾ, ਸਹੀ ਗੱਲ, ਪਰ ਭੋਲਾ ਸ਼ੇਰ ਆ। ਭੋਲਾ ਸ਼ੇਰ ਆ, ਮੈਂ ਸ਼ੇਰ ਦਾ ਇੰਨਾ ਖੂੰਖਾਰ ਹੁੰਦਾ, ਤੂੰ ਤਾਂ ਡੈਡੀ ਬਾਲਾ ਹੀ ਭੋਲਾ। ਜਿਵੇਂ ਭੋਲਾ ਨੀਗਾ, ਕਰਤਾ ਮੈਂ ਵੀ ਸਾਰਾ ਕੁਝ ਸਕਦਾਗਾ, ਵੀ ਮੇਰੇ ਕੋਲ ਹੀ ਪੈਸੇ ਸਵਾ ਹੋ ਆ ਜਾਣ, ਮੈਂ ਸਾਰਿਆਂ ਨੂੰ, ਮੈਂ ਨਹੀਂ ਕਰਦਾ। ਆਪਾਂ ਇਹ ਚੀਜ਼ ਕਹਿੰਦੇ ਜਿਹੜਾ ਗਰੀਬ ਪਰਿਵਾਰ ਉਹਨਾਂ ਦੀ ਮਦਦ ਕਰਕੇ। ਹਾਂ ਇਹ ਤਾਂ ਗੱਲ ਸਹੀ ਗੱਲ ਆ ਡੈਡੀ, ਪਰ ਪਤਾ ਨਹੀਂ ਲੱਗੇ ਵੀ ਗੋਲੀ ਗੋਲੀ ਕਿਹਨੇ ਚਲਾਈ। ਗੱਲ ਸੁਣ ਸਰ, ਜੇ ਆਪਾਂ ਚਾਹੇ ਸਰਕਾਰ ਕੀ ਨਹੀਂ ਸਕਦੀ, ਬਹੁਤ ਕੁਝ ਸਕਦੀ। ਅੱਜ ਲੈਟਾਂ ਸ਼ੀਸ਼ੂ ਜੋ ਜਮਟ ਮਾਫ ਕਰੀ ਆ, ਆ ਜਿਹੜੇ ਸੋਲਰ ਲੱਗਦੇ ਘਰਾਂ 'ਚ, 3 ਵਾਟ ਦਾ 1 ਲੱਖ ਰੁਪਏ ਦਾ ਲੱਗਦਾ, ਲੱਗਦਾ ਕਿ ਨਹੀਂ ਲੱਗਦਾ? 3 ਲੱਖ ਰੁਪਏ ਲੱਗਦਾ, ਉਹਨੂੰ 50,000 ਸਬਸਿਡੀ ਦੇ ਦੇਣ ਤੇ 50,000 ਰੁਪਇਆ 50 ਤਾਂ ਪੈ ਜੂਗਾ। 50 ਦਾ ਆਪਾਂ ਜੇ ਲਾਵਾਂਗੇ, ਉਹਦੀਆਂ 15-18 ਜਮਟਾਂ ਇੱਕ ਦਿਨ ਦੀਆਂ ਬਣਦੀਆਂ, ਲੈ ਆਹ ਜਮਟਾਂ ਮਾਫ ਕਰਨ ਦੀ ਲੋੜ ਹੀ ਨਹੀਂ ਪੈਂਦੀ, ਨਾਲ ਬਿਜਲੀ ਆਟੋਮੈਟਿਕ ਸਸਤੀ ਹੋ ਜੂਗੀ। ਜਮਟਾਂ ਕਾਹਦੀਆਂ ਮਾਫ ਕਰੀਆਂ ਨੇ,
ਉਹ ਤਾਂ ਫੇਰ ਵੀ ਬਿੱਲ ਆਈ ਜਾਂਦੇ ਨੇ ਲੋਕਾਂ ਨੂੰ, ਫੇਰ ਨਹੀਂ ਆਉਂਦੇ ਜੇ ਆ ਸੋਚਣ ਲੱਗ ਜਾਣ, ਸਾਰੀ ਗੱਲ ਸੋਚਣ ਦੀ ਹੁੰਦੀ ਹੈ ਜੇ ਬੰਦਾ ਕੁਝ ਚਾਹੇ ਤਾਂ ਸਾਰਾ ਕੁਝ ਕਰ ਲੈਣ, ਤਾਂ ਤੱਕ ਇਹ ਨਾ ਪੈਸਾ ਇੱਕ ਨਹੀਂ ਮਾੜਾ ਹੁੰਦਾ, ਸਾਰੇ ਮਾੜੇ ਹੁੰਦੇ ਲੱਗ ਕੇ ਥੱਲੇ ਤੱਕ ਤਾਂ ਤੱਕ ਆਪਾਂ ਕਹਿੰਦੇ ਸਰਕਾਰ ਮਾੜੀ ਹੈ, ਕਦੀ ਸਰਕਾਰ ਵੀ ਨਹੀਂ ਮਾੜੀ ਹੁੰਦੀ, ਆਪਾਂ ਸਰਕਾਰ ਨੂੰ ਦੋਸ਼ ਦੇ ਦਿੰਦੇ ਹਾਂ ਬਹੁਤ ਕੁਛ ਹੁੰਦਾ ਥੱਲੇ 'ਚ ਲੱਗ ਕੇ, ਜਦੋਂ ਬੰਦਾ ਇਸ ਕੰਮ 'ਚ ਪੈਂਦਾ ਉਦੋਂ ਪਤਾ ਲੱਗਦਾ ਹੈਗਾ। ਮੈਂ ਇਹ ਗੱਲ ਸੋਚੀ ਆ ਵੀ ਸਾਰੇ ਘਰ ਘਰ ਸੋਲਰ ਲੱਗੇ ਹੋਣ, ਲੈ ਸਬਸਿਡੀ ਦੇ ਦੇ ਸਰਕਾਰ ਸਾਰਿਆਂ ਨੂੰ, ਲੈ 50,000 ਤਾਂ ਸੋਲਰ ਪਊਗਾ। ਡੈਡੀ ਇੰਨਾ ਕੁਛ ਤੁਸੀਂ ਕਰਦੇ ਹੋ ਤਾਂ ਸੋਲਰ ਵੀ ਲਵਾ ਦਿਓ ਤੁਸੀਂ ਫਿਰ। ਕਰੀ ਜਾਂਦਾ ਕੁਛ ਨਾ ਕੁਛ, ਸੋਚ ਦਾ ਪਲਾਨ ਬਣਾਇਆ ਹੈਗਾ ਮੈਂ, ਉਹਦੇ ਨਾਲ ਹੋਰ ਪਲਾਨ ਤਾਂ ਸਾਰੇ ਬਣਾਈ ਜਾਂਦੇ ਨੇ। ਕੀ ਕਰ ਲੂੰਗਾ ਸਾਰਾ ਕੁਝ ਆਉ ਤਾਂ ਤੇ ਕੁਛ ਹੋ ਗਿਆ, ਮੈਂ ਤਾਂ ਆਪਦੇ ਦਿਮਾਗ ਨਾਲ ਸੋਚਦਾ ਵੀ ਐ ਕਾ ਤੁਹਾਨੂੰ ਐ ਹੋਣਾ ਚਾਹੀਦਾਗਾ। ਹਾਂ ਪੁੱਤ ਮੇਰੀ ਗੱਲ ਸੁਣ, ਹੋਰ ਤਾਂ ਸਾਰਿਆਂ ਦੇ ਦਿਮਾਗ ਲਾਈ ਜਾਊ ਐ ਹੋਣਾ ਤੇ ਦਬਾਅ, ਇਹਨੂੰ ਐ ਪਤਾ ਵੀ ਕਦੇ ਟਾਈਮ ਨਾਲ ਰੋਟੀ ਜਾਂ ਚਾਹ ਖਾਧੀ ਪੀਤੀ ਆ, ਐ ਸੋਚਿਆ ਕਦੇ ਵੀ ਮੈਂ ਟਾਈਮ ਕੱਢਾ ਵੀ ਮੈਂ ਆਪਣੀ ਕੁੜੀ ਵੱਲ ਵੀ ਧਿਆਨ ਦੇਣਾ, ਕੁੜੀ ਦੇ ਟਾਈਮ ਬਾਅਦ ਆਈ ਹੈ ਨਾ ਜਮਾ ਹੀ ਨਹੀਂ। ਤੇ ਹਾਲ ਵੀ ਕੀ ਹੋਇਆ ਪਿਆ ਲੋਕਾਂ ਦੇ, ਫਿਰ ਕਹਿੰਦੇ ਲੋਕ ਨਾ ਕਿਹਾ ਕਰ, ਪਰਿਵਾਰ ਹੈ ਚੱਲ ਆਪਣਾ ਮੰਨਦੀ ਆ, ਮੈਂ ਪਿੰਡ ਆਪਣਾ ਪਰਿਵਾਰ ਹੈ, ਕਹੀ ਵੀ ਨਾ ਲੋਕ ਤੇ ਕਹੀ ਨਾ ਦੇ, ਜਦੋਂ ਤੁਸੀਂ ਲੋਕਾਂ ਦੇ ਕਹਿੰਦੇ ਮੈਨੂੰ ਅੱਗ ਲੱਗਦੀ ਜੀ ਤੁਹਾਨੂੰ ਕਹਿੰਦਾ ਮਗਾ ਲੜ ਪੈਂਦਾ ਹੈ ਲੋਕ ਮੇਰਾ ਪਰਿਵਾਰ ਹੈ, ਮੈਨੂੰ ਵੀ ਬਹੁਤ ਚੀਜ਼ ਚੜਦੀ ਹੁੰਦੀ ਆ ਜਦ ਡੈਡੀ ਤੂੰ ਮੇਰੇ ਕੋਲੇ ਨਹੀਂ ਬੈਂਦਾ। ਆਹੋ ਬੱਚਿਆ ਕੁਚਿਆ ਜਿਹੜਾ ਹੁੰਦਾ ਉਹ ਫਿਰ ਟਾਈਮ ਸੁੱਤਾ ਪਿਆ ਹੁੰਦਾ, ਅੱਧਾ ਤਾਂ ਸੁੱਤਾ ਪਿਆ ਮੈਨੂੰ ਪਤਾ। ਆਪਣੇ ਨਾਲ ਹੁਣ ਮੈਨੂੰ ਵੀ ਥੋੜਾ ਟਾਈਮ ਚਾਹੀਦਾ ਵਾ, ਤੁਸੀਂ ਸਵੇਰ ਤੋਂ ਨਿਕਲ ਜਾਂਦੇ ਹੋ ਸ਼ਾਮ ਨੂੰ ਘਰੇ ਵੜਦੇ ਹੋ ਆ ਕੇ। ਚਲੋ ਠੀਕ ਹੈ, ਸਵੇਰੇ ਮੇਰੀ ਅੱਖ ਖੋਲਦੀ ਨੀ ਹਲੇ, ਮੈਨੂੰ ਪਹਿਲਾਂ ਹੀ ਚਲੇ ਜਾਂਦੇ ਹੋ ਤੁਸੀਂ, ਜਿਹੜੇ ਤੋਂ 10 ਦਿਨ ਇੱਥੇ ਆਂਗੇ 10 ਦਿਨ ਨੂੰ ਬਾਹਰ ਜਾਏਗੀ ਨਾ, ਤੇ ਮੈਂ ਜਿੰਨੇ ਸਾਲ ਖਰਾਬ ਕੀਤੇ ਸਾਰੇ ਕਵਰ ਕਰਾਉ, ਮੇਰੀ ਪੋਤੀ ਰੋਜ਼ ਤਾਂ ਚੋਰੀ ਕੁੱਟ ਕੇ ਦਿਆ ਦੂੰਗਾ। ਪੜ੍ਹਾਈ ਦੀ ਤੁਹਾਡਾ ਵਿਆਹ ਕਰਨਾ ਮੇਰਾ ਨੀ ਕਰਨਾ, ਭੁੱਲ ਗਈ ਸੀ ਡੈਡੀ ਦੇ ਕਿੰਨਾ, ਡੈਡੀ ਤੂੰ ਬਾਹਰ ਛਾਤੀ ਲਾ ਹੈ, ਜਿੱਥੇ ਤੈਨੂੰ ਚੁਸਤ ਹੋਣਾ ਚਾਹੀਦਾ ਉੱਥੇ ਤੂੰ ਚਲਾਕੀਆਂ ਕਰਦਾ ਨੀ, ਮੇਰੇ ਮੂਹਰੇ ਨਾ ਡੈਡੀ ਚਲਾਕੀਆਂ ਕਰੀ, ਮੈਂ ਤੇਰੇ ਨਾਲ ਵੀ ਚਾਰ ਅੱਗੇ ਦੀ ਪੜੀ ਪਤਾ ਕਿੰਨਾ, ਉਹ ਤਾਂ ਮਸਾ ਖੜਾ ਖੜਾਇਆ ਕਿ ਵਿਆਹ ਮਸਾ ਰਿਹਾ ਹਟਾਇਆ ਸੀ, ਮੈਂ ਮੇਰੇ ਜਵਾਬ ਹੋ ਜਾ ਤੂੰ ਉਹਦੇ ਨਾਰਾਜ਼ ਆ। ਦਾਦੀ ਆਹ ਮੈਂ ਤੁਹਾਨੂੰ ਤਾਂ ਫੋਨ ਤੇ ਵੀ ਕਹਿੰਦੀ ਹੁੰਦੀ ਸੀ ਮੇਰੇ ਆਉਂਦਿਆਂ ਨੂੰ ਡੈਡੀ ਦਾ ਵਿਆਹ ਕਰ ਦਿਓ, ਕੋਈ ਦੇਖ ਲਓ, ਮੰਨਿਆ ਨਹੀਂ ਮੰਨਿਆ, ਕੌਣ ਮੰਨਿਆ ਹੋਇਆ ਡੈਡੀ, ਮੰਨਿਆ ਹੋਇਆ ਨਾ ਡੈਡੀ, ਹਾਂ ਬੁੱਤਾ ਰਿਸ਼ਤਾ ਤਾਂ ਐਡਾ ਵਧੀਆ ਕਰਾਉਂ ਜੀ, ਰਾਣੋ ਮੰਨਣਾ ਜਿਹੜੀ ਆਪਣੀ ਰਾਣੀ ਰਾਣੀ, ਮੈਂ ਨਹੀਂ ਜਾਣਾ ਇੱਧਰ ਹੈ ਦੋ ਚਾਰ ਘਰ ਛੱਡ ਕੇ, ਤੂੰ ਨਹੀਂ ਜਾਣਦੀ ਹੈਗੀ, ਉਹਨੇ ਬਹੁਤ ਜ਼ੋਰ ਲਾਇਆ ਨਹੀਂ ਮੰਨਿਆ ਨਹੀਂ ਮੰਨਿਆ।
ਤੈਨੂੰ ਕਿਹੜਾ ਜੀਵਨ ਸਾਥੀ ਦੀ ਲੋੜ ਨੀ ਪੁੱਤਾਂ ਐ ਦੱਸ ਉਹ ਲੋੜ ਤਾਂ ਮੈਨੂੰ ਹੈਗੀ ਆ ਪਰ ਮੈਂ ਇਹਨਾਂ ਦਾ ਕਰਕੇ ਦੇਖਦਾ ਬਾਅਦ ਚ ਪਹਿਲਾਂ ਤੇਰਾ ਕਰਨਾ ਹੁਣ ਤਾਂ ਮੇਰੀ ਪੋਤੀ ਫੇਰ ਵੀ ਹੋ ਹੀ ਜਾਊਗਾ ਉਹ ਤਾਂ ਕਰੀ ਦੇਣਾ ਡੈਡੀ ਮੇਰਾ ਵਿਆਹ ਹੋ ਜਾਊਗਾ ਵੀਰੇ ਦਾ ਵਿਆਹ ਹੋ ਜਾਊਗਾ ਠੀਕ ਹੈ ਵੀਰੇ ਦੀ ਘਰ ਵਾਲੀ ਆ ਜਾਊਗੀ ਕੀ ਪਤਾ ਤੈਨੂੰ ਦੇਖੇ ਨਾ ਦੇਖੇ ਮੇਰਾ ਵਿਆਹ ਹੋ ਜਾਊਗਾ ਬਾਅਦ ਚ ਮੇਰੀ ਲਾਈਫ ਵੀ ਚੇਂਜ ਹੋ ਜਾਊਗੀ ਤੇ ਤੇਰਾ ਧਿਆਨ ਕੌਣ ਰੱਖੂਗਾ ਜਿਹੜੀਆਂ ਨੂੰਹਾਂ ਦਿੰਦੀਆਂ ਰੋਟੀਆਂ ਆਪਦੀ ਸੱਥ ਨੀ ਦਿੰਦੀ ਹੁੰਦੀਆਂ ਰੋਟੀਆਂ ਤਾਂ ਚੱਲ ਕੋਈ ਗੱਲ ਨੀ ਫਿਰ ਮੈਂ ਤੈਨੂੰ ਕਹਿਤਾ ਨਾ ਜਦੋਂ ਤੇਰੀ ਸੋਹਣੀ ਖਾ ਕੇ ਪਿੱਛੇ ਗਿਆ ਫਿਰ ਬਸ ਠੀਕ ਹੈ ਕਰਾਉਂਗੇ ਮੈਂ ਤਾਂ ਆਪ ਵਿਆਹ ਤੇ ਨੱਚੂਗੀ ਮੇਰੇ ਪਿਓ ਨੇ ਬਹੁਤ ਦੁੱਖ ਦੇਖ ਲਏ ਬਹੁਤ ਕੁਛ ਝੱਲਿਆ ਵਾ ਚੱਲ ਕੋਈ ਗੱਲ ਨੀ ਕਰਾ ਲਾਂਗੇ ਜਦੋਂ ਟਾਈਮ ਹੋਇਆ ਹੋ ਜਾਊਗਾ ਹੁਣ ਤੂੰ ਐਂ ਕਰ ਪੁੱਤ ਨਾ ਤੋ ਕਿ ਨਾ ਆਰਾਮ ਕਰ ਲਾ ਬਸ ਚੱਲੀ ਆ ਮੈਂ ਆਪਦੇ ਰੂਮ ਚ ਇੱਥੇ ਨਾ ਉਹ ਮੇਰੀ ਗੱਲ ਸੁਣ ਜਿਹੜੀ ਅਮਨ ਹੈਗੀ ਅਮਨ ਉਹ ਵੀ ਗਵਾਂਢੀ ਨੇ ਆਪਣੇ ਉਹ ਵੀ ਬਣਾ ਹੀ ਰਿਸ਼ਤੇ ਕਰਾਉਂਦੀ ਮੈਂ ਉਹਦੇ ਕੋਲ ਜਾ ਕੇ ਆਉਂਦਾ ਗਲੇ ਪਈ ਘੰਟੀ ਬਜਾਣੀ ਹੀ ਪੜੇਗੀ ਜੇ ਮੇਰੀ ਧੀ ਦੁਬਾਰੇ ਉੱਥੇ ਵਗ ਜਾਣਾ ਮੇਰਾ ਵਿਆਹ ਤੋਂ ਖੜਾ ਛੁੱਟ ਜੇ ਪਰ ਇਹ ਕਹਿੰਦੀ ਮੈਂ ਜਾਂਦੀ ਨਹੀਂ ਮੈਂ ਕਿਹੜੀ ਦਵਿਧਿਆ 'ਚ ਫਸ ਗਿਆ ਪਰਮਾਤਮਾ ਮੇਰਿਆ ਮੈਂ ਇਹ ਗੱਲ ਦਾ ਕਿਵੇਂ ਕੰਪਰੋਮਾਈਜ਼ ਕਰਾਂ ਸਮਝ ਨਹੀਂ ਆਉਂਦੀ ਗੱਲ ਦੀ ਮੇਰੇ ਦਿਮਾਗ 'ਚ ਜਿਹੜੀ ਗੱਲ ਬਹਿ ਗਈ ਹੁਣ ਇਹ ਪੜ੍ਹੀ ਲਿਖੀ ਹੈ ਇੱਕ ਗੱਲ ਤਾਂ ਮੈਨੂੰ ਬੜੀ ਖੁਸ਼ੀ ਹੈ ਮੇਰੀ ਧੀ ਦੇ ਜਿਹੜੇ ਵਿਚਾਰ ਆ ਨਾ ਇੰਨੇ ਵਧੀਆ ਆ ਗਏ ਵਾਹ ਕਿਆ ਬਾਤ ਹੈ ਮੈਨੂੰ ਸਕੂਨ ਮਿਲਦਾ ਜਦੋਂ ਆਹ ਗੱਲ ਵਿਆਹ ਦੀ ਗੱਲ ਕਰ ਲੈਂਦੀ ਹੈ ਨਾ ਉਦੋਂ ਥੋੜ੍ਹਾ ਜਿਹਾ ਐਂ ਜਿਹਾ ਹੁੰਦਾ ਵੀ ਇਹ ਐਂ ਜਿਹਾ ਕਿਉਂ ਕਹਿੰਦੀ ਹੈ ਮੈਨੂੰ ਕੀ ਕਰਾਂ ਹੁਣ ਉਹਨੂੰ ਕਹਿ ਵੀ ਦਿੱਤਾ ਚੱਲ ਉਹਨੂੰ ਸਮਝਾ ਕੇ ਦੇਖਾਂਗੇ ਪਿਆਰ ਨਾਲ ਪੁੱਤ ਤੂੰ ਆਦਾ ਪਹਿਲਾਂ ਵਿਆਹ ਕਰਾ ਲਾ ਬਾਅਦ 'ਚ ਤੇਰੇ ਬਾਈ ਦਾ ਕਰ ਦਿਆਂਗੇ ਜੇ ਨਾ ਸਰਿਆ ਨਾ ਉਦੋਂ ਬਾਅਦ ਐਂ ਜੇ ਕਰਕੇ ਕੀ ਮੰਨ ਜੇ ਚੱਲ ਕੋਈ ਗੱਲ ਨਹੀਂ ਪਰਮਾਤਮਾ ਦੇਊਗਾ ਸਾਥ ਮੇਰਾ ਬਸ ਮੈਂ ਕੀ ਲੈਣਾ ਵਿਆਹਾਂ ਤੋਂ ਮੈਨੂੰ ਤਾਂ ਐਂ ਆ ਜਿਹੜੀ ਮੇਰੀ ਜ਼ਿੰਦਗੀ ਹੈ ਨਾ ਮੈਂ ਸਾਰੇ ਜਿਹੜਾ ਮੇਰਾ ਇੰਨਾ ਪਰਿਵਾਰ ਜੁੜਿਆ ਵਾ ਉਹਨਾਂ ਦੇ ਲੇਖੇ ਲਾ ਦਿਆਂ ਬਸ ਸਭ ਦੇ ਕੰਮ ਕਰ ਦਿਆਂ ਦਵਾ ਦਵ ਲੈ ਅੱਜ ਤਾਂ ਗੇੜਤੀ ਬੈਠੀ ਐ ਤੇ ਅੱਜ ਆ ਕਿੱਧਰ ਗਈ ਸਿਕਿਉਰਿਟੀ ਗਾਰਡ ਛੋਡੀ ਚਾਹ ਪੀਣ ਆ ਗਈ ਅੰਦਰ ਕਹਿੰਦੀ ਮੈਨੂੰ ਭੁੱਖ ਲੱਗੀ ਮੈਂ ਅੰਦਰ ਹੀ ਵਗ ਜਾ ਅੱਛਾ ਚੱਲ ਹੁਣ ਤਾਂ ਜਿਵੇਂ ਸੱਪ ਕੋਲ ਅੰਜਲੀ ਮਾਰੀ ਬੈਠਾ ਹੁੰਦਾ ਬੈਠੀਆਂ ਹੁੰਦੀਆਂ ਨੇ ਬਹਿਣਾ ਹੀ ਆ ਫਿਰ ਬਿਠਾਈ ਆ ਅਸੀਂ ਓਹੋ ਤੂੰ ਤਾਂ ਆਪਣੇ ਭੈਣੇ ਪੈਰ ਤੇ ਮਿੱਟੀ ਪੈਣ ਦਿੰਦੀ ਤੇ ਕੁੜੀ ਕਿੱਥੇ ਆ ਕੁੜੀ ਇੱਥੇ ਆ ਕਿਉਂ ਕੀ ਗੱਲ ਮਾਮੀ ਆ ਪੁੱਛਣਾ ਨੀ ਆਹੋ ਫਿਰ ਘਰੇ ਆ ਆਈ ਆ ਤੈਨੂੰ ਜਿਆਦਾ ਪਿਆਰੀ ਆ ਵੀ ਸਾਨੂੰ ਆਈ ਹੋਈ ਆ ਹੁਣ ਮੇਰੇ ਕੋਲ ਰਹੂਗੀ ਮੈਨੂੰ ਦੱਸਤਾ ਸੀ ਚੰਨੀ ਨੇ ਵੀ ਆਈ ਹੋਈ ਆ ਮਨੂ ਤੈਨੂੰ ਤਾਂ ਆਈ ਆ ਮੈਂ ਪਤਾ ਲੈਣ ਮੈਂ ਵੀ ਮਿਲਿਆ ਮਾਂ ਪਤਾ ਲੈਣ ਕਿ ਮੈਂ ਦਾਦ ਨੇ ਠੀਕ ਠਾਕ ਵਧੀਆ ਪੜ੍ਹਾਈ ਕਰਾਈ 15 16 ਕਰੇ ਚੱਲ ਫਿਰ ਤਾਂ ਠੀਕ ਹੈ ਮੈਨੂੰ ਲੱਗਦਾ ਫਿਰ ਤਾਂ ਉਰੀ ਰਹੂਗੀ ਹਨਾ ਹਾਂ ਰਹੂਗੀ ਚੱਲ ਫਿਰ ਕੋਈ ਕੰਮ ਇੱਥੇ ਲਾ ਦੂੰਗੀ ਜੌਬ ਕਰੂਗੀ ਕੋਈ ਮੈਂ ਤਾਂ ਉਹਨੂੰ ਕਹਿ ਪੁਲਿਸ ਵਾਲੀ ਨੂੰ ਕਰ ਕੋਈ ਜੋਬ ਜਿਹੜੇ ਬੰਦੇ ਤੰਗ ਕਰਦੇ ਉਹ ਛਿੱਤਰ ਖਾਇਆ ਖਾਣ ਵਧੀਆ
ਕਹੇ ਜੀ ਨੌਕਰੀ ਭਾਲਦੀ ਆ ਮਾੜੀ ਆ ਮਾੜੀ ਆ ਹੋਰ ਕੀ ਲੈ ਭੈਣ ਜੀ ਤੈਨੂੰ ਤਾਂ ਆਪ ਨੀ ਪਤਾ ਭੈਣ ਜੀ ਕਸ ਦਾ ਡਿਊਟੀ ਭਾਲ ਕੋਈ ਮਾਸਟਰ ਦੀ ਕੋਈ ਹੋਰ ਦੇਖ ਉਹਦੀ ਮਾਸਟਰ ਦੀ ਕਿੱਡੀ ਕੁ ਉਹ ਆ ਸਾਰਾ ਦਿਨ ਜਵਾਕ ਸਿਰ ਖਾਂਦੇ ਆ ਤੇ ਆ ਇੱਥੇ ਫਿਰਦੀ ਰਿਹਾ ਕਰੂ ਧੁੱਪੇ ਉਹ ਸਾਵੇਂ ਦਾ ਰਹਿੰਦੇ ਨੇ ਕੁਰਸੀ ਤੇ ਬੈਠੇ ਰਹਿੰਦੇ ਨੇ ਉਹਨੂੰ ਵੀ ਤਾਂ ਕੁਰਸੀ ਮਿਲੂਗੀ ਬੈਠੀ ਰਿਹਾ ਕਰੂਗੀ ਮੌਜ ਨਾਲ ਏਸੀ ਚ ਆ ਜਦੋਂ ਕਿਸੇ ਦੇ ਪਾਜੇ ਦੀ ਲੜਾਈ ਉਹਦੀ ਚੱਕ ਕੇ ਗੱਡੀਆਂ ਭਜਦੇ ਨੇ ਧੁੱਪਾਂ 'ਚ ਫਿਰਦੇ ਰਹਿੰਦੇ ਨੇ ਕੋਈ ਐਸ ਨਹੀਂ ਪੁਲਿਸ 'ਚ ਕੁੱਤੀ ਡਿਊਟੀ ਹੈ ਤੇ ਇਹਨਾਂ ਲਵੇ ਜਵਾਂ ਵੀ ਲੈ ਦੇਖ ਲਾ ਕੁੜ ਆਏ ਨਾ ਬੋਲ ਗੱਲ ਕੀ ਹੈ ਜਿਹੜੀ ਵਿੱਚੋਂ ਖਾਸ ਉਹ ਦੱਸ ਮੇਰੀ ਪੋਤੀ ਤੇ ਜਿਹੜੀ ਉਹਦੇ ਮਨ ਕਰਨ ਡਿਊਟੀ ਉਹ ਕਰੂ ਬਾਪੂ ਆਇਆ ਸੀ ਹਾਂ ਬਾਪੂ ਕਹਿੰਦਾ ਮੈਨੂੰ ਕਹਿੰਦੀ ਆ ਮੈਂ ਘੁੰਮਣ ਫਿਰਨ ਜਾਣਾ ਹੈਗਾ ਆਓ ਫਿਰ ਵਗ ਜਾਵਾਂਗੇ ਉਹਦੇ ਪਿਓ ਨਾਲ ਵਗ ਜੂਗੀ ਤੇ ਕਹਿੰਦਾ ਭਾਈ ਮੈਨੂੰ ਲਿਆਈ ਜਾ ਕੇ ਦੋ ਦਿਨ ਕਹਿੰਦਾ ਫਿਰ ਅਸੀਂ ਵੀ ਜਾ ਵੜਾਂਗੇ ਕਹਿੰਦਾ ਕਹਿੰਦਾ ਰੋਟੀ ਬਣਾਉਣੀ ਆ ਖੜੀ ਖੜੀ ਕੁੱਟ ਦਿੰਦੀ ਹੁੰਦੀ ਕੌਲੇ ਜੀ ਐ ਕਰਦੀ ਆ ਦੋ ਤਿੰਨ ਦਿਨਾਂ ਦੀ ਇਕੱਠੀ ਚੋਰੀ ਕੁੱਟ ਕੇ ਦੇ ਦੀ ਫਿਰ ਨਾ ਟੂਰ ਘੁੰਮੇ ਆਉਣਗੇ ਨਾਨਾ ਦੋਤੀ ਆਹੋ ਘੁੰਮੇ ਆਉਣਗੇ ਫਿਰ ਤੈਨੂੰ ਕੀ ਤੂੰ ਕਹਿੰਦੀ ਮੈਂ ਲੈ ਜਾਣ ਆਖ ਨੂੰ ਮੈਂ ਉਸ ਘਰ ਦੀ ਆਇਆ ਜੀ ਮੈਂ ਕਿਹੜਾ ਉੱਤੋਂ ਡਿੱਗੀ ਤੀ ਮੈਂ ਨਹੀਂ ਆਈ ਤੋਰਦੀ ਹੈਗੀ ਬਿਨਾ ਮਤ ਲੈ ਕੇ ਆਇਆ ਨਹੀਂ ਮੈਂ ਤੋਰ ਬਿਨਾ ਮਤ ਬੋਲ ਤੋਂ ਨਾ ਫਿਰ ਹੁਣ ਗੁੱਸਾ ਆ ਗਰੀ ਭੈਣ ਜੀ ਜਦੋਂ ਸਰਪੰਚ ਇੱਧਰ ਉੱਧਰ ਗਾਇਬ ਹੋਇਆ ਤੀ ਉਹਦਾ ਮਾਮਾ ਮਾਮੀ ਚੰਗੇ ਲੱਗਦੇ ਸੀ ਉਹਦੀ ਕਹਿਦੀ ਕਰ ਦੋ ਫੋਨ ਮਾਮੇ ਨੂੰ ਕਰ ਦੋ ਫੋਨ ਮਾਮੀ ਨੂੰ ਉਹੀ ਮਾਮੀ ਆ ਹੁਣ ਬਦਲ ਨਹੀਂ ਗਈ ਕੋਈ ਅੱਛਾ ਅੱਛਾ ਆ ਗੱਲਾਂ ਮਨ ਚ ਲਈ ਸੀ ਬਣਾ ਕੇ ਵੀ ਐ ਕਹੂੰਗੀ ਹੈ ਅਕੇ ਮਨ ਚ ਲਈ ਸੀ ਹੋਰ ਫਿਰ ਤੂੰ ਤਾਂ ਅੱਡ ਹੋਣ ਵਾਲੀਆਂ ਗੱਲਾਂ ਕਰੀ ਜਾਂਦੀ ਹੈ ਹੁਣ ਅਕੇ ਮੈਂ ਤਾਂ ਤੋੜਦੀ ਨਹੀਂ ਆ ਜਾ ਨਿੱਕੇ ਨਿੱਕੇ ਉੱਥੇ ਬੈਗ ਪੈ ਰਹੇ ਤੇ ਤੁਹਾਡੇ ਲੋਕ ਉਹਦੇ ਮੇਰੇ ਕੋਲ ਹੀ ਛੱਡ ਕੇ ਆਈ ਸੀ ਉਹ ਤਾਂ ਮੈਂ ਇੱਧਰ ਉੱਧਰ ਕਰੇ ਨਹੀਂ ਤੁਹਾਡੇ ਜਵਾਕ ਤੁਸੀਂ ਆਪਦੀ ਕੁੜੀ ਨੂੰ ਦੋਤੀ ਨੂੰ ਲੈ ਜਾਂਦੇ ਤਾਂ ਲੈ ਜਾਂਦੇ ਇਹ ਮੇਰੀ ਪੋਤੀ ਹੈ ਮੈਂ ਨਹੀਂ ਤੋੜਦੀ ਹਾਂ ਇਹ ਤਾਂ ਤੇਰੀ ਪੋਤੀ ਆ ਆ ਕੁੜੀ ਤੋਂ ਬਾਅਦ ਵੀ ਕਾਇ ਦਿਨ ਬੁਲਾਉਂਦੇ ਰਹੇ ਆ ਜਦੋਂ ਸਰਪੰਚ ਗੁੰਮ ਗਿਆ ਸੀਗਾ ਭਾ ਲਿਓ ਉਹਦੇ ਵੀ ਫਿਰ ਕਿਸੇ ਹੋਰ ਨੂੰ ਬੁਲਾ ਲਾ ਦੀ ਮੈਂ ਚਾਹ ਪੀ ਲੈ ਚੁੱਪ ਕਰਕੇ ਫੇਰ ਗੱਲ ਕਰਨੀ ਆਹੋ ਪਿਆ ਸੀ ਤਾਂ ਚਾਹ ਰੱਖਤੀ ਸਾਡੀ ਤਾਇਆਂ ਦੀ ਤਾਂ ਬਹੁਤ ਬਾਲੀ ਨਾ ਗੁੱਸਾ ਕਰ ਚਾਹ ਠੰਡੀ ਹੋਈ ਜਾਂਦੀ ਪੀ ਲਾ ਠੰਡੀ ਹੋਈ ਜਾਂਦੀ ਹੈ ਨਾ ਹੋਰ ਕਿੱਥੇ ਤੈਂ ਕਹਿਣਾ ਸੀ ਠੰਡੀ ਰਹਿ ਗਰ ਮੜੀ ਦੀ ਕਿ ਦੋ ਦਿਨ ਲੈ ਜੋ ਤੁਸੀਂ ਜਿਹੜੀ ਚੜਾਈ ਆਉਣੀ ਹੁੰਦੀ ਤੂੰ ਤਾਂ ਫਿਰ ਹੋਰ ਕੀ ਕਰੀਏ ਭੈਣ ਜੀ ਤੁਸੀਂ ਤਾਂ ਫਿਰ ਕਿਸੇ ਪਾਸੇ ਹਾਂ ਹੀ ਨਹੀਂ ਕਰਦੇ ਕੋਈ ਨਾ ਭੈਣੇ ਕਿੰਨੇ ਚਿਰ ਤੋਂ ਆਈ ਹੈ ਮੇਰੇ ਕੋਲ 2-4 ਦਿਨ ਤਾਂ ਰਹਿਣ ਦੇ ਫੇਰ ਲੈ ਜੀ ਲੈ ਭੈਣੇ ਮੈਂ ਤਾਂ ਫਿਰ ਜਾਣੀ ਆ ਚਾਹ ਦੀ ਘੁੱਟ ਪੀ ਕੇ ਤੂੰ ਤਾਂ ਨਹੀਂ ਤੋਰਦੀ ਦੁਪਹਿਰਾ ਤਾਂ ਨਿਕਲ ਜਾ ਕੱਢ ਲਾ ਉਰੇ ਇੰਨੀ ਗਰਮੀ ਚ ਜਾਏਗੀ ਬਿਮਾਰ ਨਾ ਨਾ ਕੋਈ ਨਾ ਲੈ ਮੈਂ ਤਾਂ ਚਾਹ ਤਾਂ ਮੈਂ ਪੀ ਲਈ ਠੰਡੀ ਹੋ ਗਈ ਸੀ ਚਾਹ ਵੀ ਕਿਹੜਾ ਦੁਪਹਿਰੇ ਜੋ ਤੂੰ ਘਰੇ ਆਉਣ ਦੀ ਬੇਇੱਜ਼ਤੀ ਕਰਤੀ ਆ ਕਿ ਮੈਂ ਤਾਂ ਤੋਰਦੀ ਨਹੀਂ ਤਾਂ ਅੱਖ ਨਿਕਲਦੀ ਆ ਕੋਈ ਨਾ ਭੈਣ ਹੁਣ ਤਾਂ ਕੁਛ ਮਰਜ਼ੀ ਨਿਕਲੇ ਜਦੋਂ ਹੁਣ ਬੈਠਣਾ ਹੀ ਨਹੀਂ ਇੱਥੇ ਸਾਡਾ ਹੈ ਹੀ ਨਹੀਂ ਕੁਛ ਇਸ ਘਰ ਚ ਉਹ ਹੈ ਕਾ ਤੂੰ ਜੇ ਤੁਸੀਂ ਮੰਨੋ ਤਾਂ ਸਭ ਕੁਝ ਹੀ ਹੈ ਉਹ ਤਾਂ ਕੀੜੇ ਦੇ ਭਾਂਡ ਤੋਂ ਆਇਆ ਲਾਤਾ ਨਹੀਂ ਮੇਰੀ ਪੋਤੀ ਕਿੰਨੇ ਚਿਰ ਤੋਂ ਆਈ ਤੁਹਾਨੂੰ ਆਏ ਦਾ ਪਤਾ ਨਾ ਕਿੰਨਾ ਚਿਰ ਪੜੀ ਆ ਬਾਹਰ ਬਾਹਰ ਪੜੀ ਭਣੇ ਸਾਡੀ ਵੀ ਕੁਛ ਲੱਗਦੀ ਆ ਫੇਰ ਹੀ ਅਸੀਂ ਲੈਣ ਆਏ ਆ ਨੇ ਸਾਨੂੰ ਕੀ ਲੋੜ ਸੀ ਆਉਣ ਦੀ ਕੋਈ ਮੇਰੇ ਕੋਲ 2-4 ਦਿਨ ਤਾਂ ਲਾਉਣ ਦੇ ਹੁਣ ਤੇਰੇ ਕੋਲ 3-4 ਦਿਨ ਹੋ ਗਏ ਆਈ ਨੂੰ ਫਿਰ ਉਹਦਾ ਤਾਂ ਦਿਲ ਭਰਿਆ ਹੁਣ ਭਰੂਗਾ ਤੇਰਾ ਨਹੀਂ ਫਿਰ ਦਿਲ ਭਰਦਾ ਹੈਗਾ ਕੋਈ ਨਹੀਂ ਉਹਨੂੰ ਮੈਂ ਦੱਸ ਦੂੰਗੀ ਕਰਨੇ ਨੂੰ ਵੀ ਐ ਕਰਕੇ ਭਾਈ ਮਾਮੀ ਆਈ ਸੀ ਠੀਕ ਹੈ ਹਾਂ ਤੇਰੀ ਮਾਮੀ ਤਾਂ ਉਹ ਗੱਲ ਕਰਤੀ ਆ ਕਿ ਜਿੰਨਾ ਚ ਕੱਤੀ ਸੀ ਇੱਥੇ ਸਾਡੀ ਉਹਨਾਂ ਚ ਕੀ ਕਦਰ ਸੀ ਜਦੋਂ ਧੀ ਨੇ ਪੈਰ ਚੱਕ ਲਿਆ ਸਾਡੇ ਤਾਂ ਕਦਰੇ ਵੱਗ ਗਈ
ਹੁਣ ਨਾ ਭਾਈ ਫਿਰ ਫੋਨ ਫਾਨ ਕਰਿਓ ਸਾਨੂੰ, ਸਿੱਧੀ ਜੀ ਗੱਲ ਹੈ ਮੇਰੇ ਕੋਲ। ਚੱਲ ਨਾ ਫੋਨ ਕਰ ਦੂੰ, ਐਂ ਗੁੱਸੇ ਕਾਹਤੋਂ ਹੁੰਨੇ ਹੋ? ਅਕੇ ਗੁੱਸੇ ਕਾਹਨੂੰ ਹੁੰਨੇ ਹੋਰ, ਫਿਰ ਤਾਂ ਗੁੱਲੀ ਇਹੋ ਜਿਹੀ ਕਰੀ ਗੁੱਸੇ ਹੋਣ ਵਾਲੀ। ਕੋਈ ਘਬਰਾਇਆ ਨਾ ਕਰੂਗਾ, ਇੱਥੇ ਜੀ ਘਬਰਾ ਦੇਣ। ਚੱਲ ਠੀਕ ਹੈ, ਜਾਣੀ ਆ ਮੈਂ ਤਾਂ, ਜਦੋਂ ਸਰਪੰਚ ਆ ਗਿਆ ਫੋਨ ਕਰਦੀ ਪੁੱਛ। ਹਾਂ ਕੋਈ ਨੀ ਕੋਈ ਨੀ, ਤੁਹਾਡੀ ਕੀ ਕੁਛ ਲੱਗਦੀ ਨਹੀਂ ਹੈਗੀ ਮੇਰੀ ਪੁੱਤੀ? ਕਾਹਨੂੰ ਸਾਡੀ ਕੁਛ ਲੱਗਦੀ ਹੁੰਦੀ ਫਿਰ, ਪਹਿਲੇ ਬੋਲਣਾ ਤੋਰਤਾ ਦੀ। ਕੋਈ ਨੀ, ਅਸੀਂ ਕੌਣ ਤੇ ਤੂੰ ਕੌਣ, ਹੁਣ ਤਾਂ ਭੈਣੇ ਆੜ ਨਾ ਵਾੜੇ। ਠੀਕ ਹੈ, ਕੋਈ ਨੀ, ਮਹਾ ਉਹੀ ਘਬਰਾਈ ਜਾਂਦੇ ਸਾਰੀ ਗੱਲ ਨੂੰ, ਥੱਲੇ ਨੀ ਡਿੱਗਣ ਦਿੰਦੀ ਹੈਗੀ ਮੇਰੀ। ਜੇ ਮੈਂ ਕਹੀ ਜਾਂਦੀ ਹਾਂ ਵੀ ਇੰਨੇ ਚਿਰ ਤੋਂ ਆਈ ਹੈ ਮੇਰੀ ਪੋਤੀ, ਲਾ ਲੈਣਗੇ ਮੇਰੇ ਕੋਲ ਦੋ ਚਾਰ ਦਿਨ, ਫਿਰ ਲੈ ਜਿਓ ਕਾਹਨੂੰ, ਅੱਜੇ ਹੀ ਛੇਤੀ ਤੋਰ ਦੇ। ਘੰਟਾ ਹੋ ਗਿਆ ਕਰਮੀਤ ਨੂੰ ਫੋਨ ਲਾਏ ਨੂੰ, ਹਜੇ ਤੱਕ ਨਹੀਂ ਆਇਆ। ਪਤਾ ਨਹੀਂ ਕਿਹੋ ਜਿਹੀ ਖਬਰ ਲੈ ਕੇ ਉਹ ਪਤੰਦਰ ਅੱਜ। ਚੱਲ ਦੇਖਦੇ ਹਾਂ ਕੀ ਬਣਦਾ। ਉਹ ਆਇਆ ਆਇਆ ਕਰਮੀਤ, ਆ ਗਿਆ, ਤੈਨੂੰ ਡਿੱਕੀ ਜਾਂਦਾ ਸੀ। ਹੋਰ ਦੱਸ ਕੀ ਹਾਲ ਆ? ਉਹ ਬਸ ਉਤਰ ਹੀ ਗਿਆ ਸੀ ਮੈਂ, ਬਾਹਲੀ ਹਫਲੇ ਪਿਆ। ਪੁੱਛ ਨਾ, ਸਿਕਿਉਰਿਟੀ ਬਾਹਲੀ ਟੈਕ ਆਈ ਆ? ਸਿਕਿਉਰਿਟੀ ਦਾ ਟੈਟ ਹੋਣ ਨਹੀਂ ਆ, ਉਹ ਤਾਂ ਪਤਾ ਸੀ। ਉਹ ਦੋਨਾਂ ਗੇਟਾਂ ਤੇ ਸਿਕਿਉਰਿਟੀ ਖੜਾ ਰੱਖੀ ਆ ਹੁਣ ਤਾਂ। ਅੱਛਾ ਯਾਰ, ਹੋਰ ਆ ਪੂਰੀ ਹੁਣ ਨਿਗਾਹ ਮਾਰ ਕੇ ਆਇਆ ਮੈਂ। ਹੁਣ ਫਿਰ ਕਿਵੇਂ ਹੱਲ ਬਣੂ? ਹੁਣ ਕੋਈ ਨਹੀਂ ਲੱਗਦਾ, ਕੋਈ ਪਰਿੰਦਾ ਵੀ ਬਾਹਰ ਆਉਂਦਾ ਹੋਊਗਾ। ਹੁਣ ਤਾਂ ਮੈਡਮ ਵੀ ਹੱਥ ਖੜੇ ਕਰ ਗਈ, ਕਹਿੰਦੀ ਕੰਮ ਤੁਸੀਂ ਕੋਈ ਕਰਦੇ ਨਹੀਂ, ਮੈਂ ਤੁਹਾਨੂੰ ਕਿੱਥੋਂ ਪੈਸੇ ਦੇ ਦਾਂ? ਪੰਗਾ ਹੀ ਪੰਗਾ ਪੈ ਜਾਂਦਾ ਯਾਰ ਮੈਨੂੰ ਤਾਂ। ਮੈਡਮ ਨੂੰ ਕੋਈ ਨਾ ਕੋਈ ਤਾਂ ਕੰਮ ਕਰਕੇ ਦੇਣਾ ਪਊ, ਫੇਰ ਹੀ ਆਪਣੇ ਦੋ ਆਨੇ ਆਉਂਗੇ। ਮੈਨੂੰ ਵੀ ਐਂ ਸੀ ਵੀ ਚੱਲ ਆ ਕੇਰਾਂ ਕੁੜੀ ਕਿਡਨੈਪ ਕਰ ਲਾਂਗੇ, ਨਾਲੇ 4 ਰੁਪਏ ਉਧਰੋਂ ਆ ਜਾਣਗੇ, ਨਾਲੇ ਮੈਡਮ ਨੂੰ ਕਹਾਂਗੇ ਵੀ ਅਸੀਂ ਕੁੜੀ ਕਿਡਨੈਪ ਕਰੀਏ, ਵੀ ਪੈਸੇ ਸਿੱਟ ਇੱਧਰ। ਗਲਤੀ ਉਹੀ ਹੈ, ਅੱਜ ਮੈਂ ਇਸੇ ਕਰਕੇ ਗਿਆ ਸੀ, ਮੈਂ ਦੇਖਾਂਗਾ ਵੀ ਕਿੰਨੇ ਕੁ ਵਜੇ ਕੁੜੀ ਬਾਹਰ ਨਿਕਲਦੀ ਹੈ ਤੇ ਕਿੰਨੇ ਕੁ ਵਜੇ ਕਿਹਦੇ ਨਾਲ ਜਾਂਦੀ ਹੈ। ਬਸ ਇਹੀ CID ਕਰਨ ਗਿਆ ਸੀ, ਗੱਲ ਕਰੋ ਉੱਥੇ ਤਾਂ ਸਿਕਿਉਰਿਟੀ ਵਾਲੀ ਟੈਟ ਆਈ ਯਾਰ, ਤਾਂ ਪਾਸੇ ਹੀ ਪਲਟ ਗਿਆ ਯਾਰ। ਹੁਣ ਫਿਰ ਕਿਵੇਂ ਲੋਟ ਆਊ? ਲੋਟ ਤਾਂ ਇੱਕ ਐਂ ਹੈ, ਉਹਦੀ ਮਾਤਾ ਜਾਂਦੀ ਹੈ ਬਾਹਰ। ਮਾਤਾ ਜਾਂਦੀ ਹੈ ਬਾਹਰ? ਹਾਂ, ਕਿਉਂ ਬਿਨਾਂ ਸਿਕਿਉਰਿਟੀ ਤੋਂ ਜਾਂਦੀ ਹੈ? ਸਿਕਿਉਰਿਟੀ ਲੈ ਕੇ ਨਹੀਂ ਜਾਂਦੀ ਨਾਲ? ਉਹ ਨਹੀਂ ਲੈ ਕੇ ਜਾਂਦੀ। ਚੱਲ ਕੁੜੀ ਨਾ ਸਹੀ, ਉਹਦੀ ਮਾਂ ਸਹੀ। ਹਾਂ, ਉਹਦਾ ਸਰਪੰਚ ਤਾਂ ਮਾਂ ਨੂੰ ਵੀ ਬਥੇਰਾ ਪਿਆਰ ਕਰਦਾ ਆਪਦੀ ਨੂੰ। ਓਏ ਆਪਾਂ ਨੂੰ ਕੋਈ ਨਾ ਕੋਈ ਘਰ ਦਾ ਮੈਂਬਰ ਚਾਹੀਦਾ, ਆਪਾਂ ਨੂੰ ਹੋਰ ਕੀ ਹੈ? ਹਾਂ ਆਹ ਗੱਲ ਤਾਂ ਤੇਰੀ ਠੀਕ ਆ, ਆਪਾਂ ਨੂੰ ਬੇਬੇ ਨੂੰ ਚੱਕ ਲੈਂਦੇ ਉਹਦੀ ਨੂੰ, ਨਾਲੇ ਆਪੇ ਪਿੱਛੇ ਕੁੜੀ ਆਊਗੀ ਬੇਬੇ ਦੇ, ਤੇ ਨਾਲੇ ਆਊ ਸਰਪੰਚ, ਸਾਰਾ ਟੱਬਰ ਇਕੱਠੇ ਹੀ ਖਤਮ ਕਰਦਾ। ਹਾਏ ਹਾਏ, ਵੰਦਾ ਫਿਰ ਵੀ ਸਹੀ ਗੱਲ ਹੈ। ਹੋਰ ਹੁਣ ਆਪਾਂ ਘਰੇ ਤਾਂ ਕਿਸੇ ਨੂੰ ਭੇਜ ਨਹੀਂ ਸਕਦੇ, ਘਰੇ ਤਾਂ ਜਾ ਨਹੀਂ ਸਕਦੇ, ਕੁੱਤੇ ਪਾਈ ਰੌਲਾ ਤਾਂ ਉਹੀ ਆ। ਠੀਕ ਆ ਨਾ, ਵੀ ਯਾਰ ਇੱਕ ਝੂਠ ਮਾਰ ਦੂ, ਦੋ ਮਾਰ ਦੂ, ਹੁਣ ਅਮਨ ਤਾਂ ਨਹੀਂ ਝੂਠ ਮਾਰਦੀ। ਹਾਂ ਹੋਰ, ਉਹ ਤਾਂ ਰਿਵਾਲਵਰ ਵੀ ਲੈ ਕੇ ਗਈ ਸੀ ਵੀ ਠਾਈ ਗੋਲੀ ਮਾਰ ਦੂ ਉਹਨੂੰ ਮੈਂ। ਗੱਲ ਕਰ ਸਾਲਾ, ਖੁੱਡੇ ਦਾ ਮੈਨੂੰ ਸਮਝ ਨਹੀਂ ਆਉਂਦਾ। ਉਹਦੇ ਓਏ ਬੰਦਾ ਹੈਗਾ ਗੁਰਸਿੱਖ, ਉਹ ਅੱਛਾ ਉਹ ਬਾਣੀ ਬੁਣੀ ਪੜਦਾਗਾ ਤੇ ਉਹਦਾ ਕਰਕੇ ਵੀ ਪੈ ਜਾਂਦਾ ਚੱਕਰ। ਆਪਾਂ ਤੈਨੂੰ ਪਤਾ, ਆਪਾਂ ਤਾਂ ਜੰਮੀ ਪਾਪਾਂ ਲਈ ਹਾਂ, ਪਤਾ ਪਾਪਾਂ ਦੇ ਅਧਿਕਾਰੀ ਆ ਆਪਣੇ, ਤੈਨੂੰ ਪਤਾ ਹੁਣ ਮਗਰ ਪੈਣੇ ਹੀ ਉਹਨਾਂ ਨੇ। ਉਹ ਐਂ ਵੀ ਹੁੰਦਾ ਯਾਰ, ਇਹ ਐਂ ਹੁੰਦਾ ਗਾ ਸੁਣਿਆ ਇਹ, ਉਹ ਨਹੀਂ ਹੋ ਜਾਂਦੇ ਚਮਤਕਾਰ ਇਹ ਜੇ ਮੈਂ ਦੇਖੇ ਆ। ਅੱਛਾ ਹਾਂ, ਪਰ ਦੇਖੇ ਫਿਲਮਾਂ ਜੀ ਸੀ, ਰੀਅਲ ਹੁਣ ਮੈਂ ਤਾਂ ਅਮਨ ਦੇ ਮੂੰਹੋਂ ਸੁਣਿਆ ਉਹਦੇ। ਹੋਰ ਹੋਰ ਅਸੀਂ ਮੈਨੂੰ ਕੁਛ ਬੋਲਣੀ ਨਾ ਦੇਵੇ ਖੁੰਡਾ, ਜਦੋਂ ਵੀ ਉਹਦਾ ਕਿਤੇ ਪਿਸਤੌਲ ਕੱਢਿਆ ਤਾਂ ਖੁੰਡੇ ਨੇ ਮਾਰਿਆ। ਹੋਰ ਮੈਂ ਆਖਾਂ ਮਾਰਿਆ ਕੀ ਨੇ, ਤੂੰ ਦੇਖ ਤਾਂ ਲੈਂਦੀ ਆਸੇ ਪਾਸੇ। ਉਹ ਸੱਚੀ ਆ ਗੱਲ, ਮੈਨੂੰ ਵੀ ਕੱਲਾ ਖੁੰਡੇ ਹੀ ਦੇਖਿਆ, ਮੈਂ ਤਾਂ ਹੋਰ ਕੁਛ ਦਿਖੇ ਨਹੀਂ ਉੱਥੇ। ਹੁਣ ਇੱਕ ਜਣਾ ਮਾਰੂ ਝੂਠ, ਦੂਜਾ ਤਾਂ ਨਹੀਂ ਮਾਰੂਗਾ ਹੈ ਯਾਰ। ਰਵੀ ਆਪਣੇ ਦਾ ਖੁੰਡਾ ਹੀ ਪੈਰਾਂ 'ਚ ਬਹਿ ਗਿਆ ਆਪਣੇ ਦਾ। ਕੋਈ ਗੱਲ ਨਹੀਂ, ਆਪਾਂ ਘਰੇ ਨਹੀਂ ਜਾ ਸਕਦੇ, ਸਰਪੰਚ ਤਾਂ ਬਾਹਰ ਆ ਸਕਦਾ ਘਰੋਂ। ਹਾਂ ਕੋਈ ਗੱਲ ਨਹੀਂ, ਉਹਦਾ ਡੰਡਾ ਡੁੱਕਣਾ ਵਾ। ਐਸੀ ਗੇਮ ਖੇਡਾਂਗੇ ਨਾ, ਤੂੰ ਤਾਂ ਆਪਦੇ ਆਪ ਆਏਗਾ ਸਾਡੇ ਕੋਲ। ਵੀ ਲੈ ਮੈਨੂੰ ਮਾਰੋ,
ਸਰਪੰਚ ਕੋਲ ਪੈਸੇ ਖਾਵਾਂਗੇ ਮੈਡਮ ਤੋਂ। ਚੱਲ ਮੈਂ ਚੱਲਦਾ ਆ ਕੇ ਮਿਲਦਾ ਤੈਨੂੰ। ਹੋਰ ਦੱਸ ਸੇਵਾ ਕੋਈ? ਨਾ ਨਾ ਬਸ। ਚੱਲ ਮੈਨੂੰ ਫੋਨ ਲਾ ਦੀ ਬਸ, ਜਦੋਂ ਲਾਉਂਗਾ ਮੈਂ ਪੱਕਾ ਟਾਈਮ ਦੇਖ ਲਈ, ਜਦੋਂ ਕੋਈ ਵੀ ਨਾ ਹੋਇਆ ਨਾ ਉਹਦੀ ਬੇਬੇ ਸਾਹਮਣਾ ਵੀ ਆਪਣੇ ਬਚ ਆ ਗਈ। ਹੋਰ ਕੋਈ ਚੱਕਰ ਹੀ ਨਾ ਮਨ ਹੈ, ਹੁਣ ਤੂੰ ਦੇਖਦਾ ਜਾ ਰਵੀ। ਐਸੇ ਬਾਣੀ ਪਾਉਂਗਾ ਨਾ ਮੈਂ ਸਰਮਚ, ਮੈਂ ਪੁਰਾਣਾ ਵੈਰ ਇਹਦੇ ਨਾਲ, ਹੁਣ ਨੀ ਮੈਂ ਛੱਡਦਾ। ਚੱਲ ਠੀਕ ਹੈ, ਗਿਣ ਗਿਣ ਕੇ ਲਵਾਂਗੇ ਸਾਰੇ ਬਦਲੇ, ਕਿਉਂ ਘਬਰਾਉਣਾ ਤੂੰ, ਟੈਨਸ਼ਨ ਨਾ ਲੈ। ਠੀਕ ਹੈ ਚੱਲ ਬੁੜੀਏ, ਹੋ ਜਾ ਤਿਆਰ ਹੁਣ ਤੂੰ ਤਾਂ। ਤਾਈ ਜੀ ਆਪਣੀ ਮਨੂ ਦਾ ਹੁਣ ਤਾਂ ਜੀ ਲੱਗਿਆ ਉਰੇ? ਜੀ ਤਾਂ ਲੱਗਿਆ ਹੋਇਆ। ਹਾਂ ਵਧੀਆ, ਮੈਂ ਵੀ ਪੂਰੀ ਉਹਦੀ ਉਹ ਕਰਦੀ ਹਾਂ ਕੇਅਰ, ਰੋਜ਼ ਚੂਰੀ ਕੁੱਟ ਕੇ ਦਿੰਦੀ ਹਾਂ। ਲੈ ਫਿਰ ਦਾਦੀ ਕੌਣ ਕਹੇ? ਹੋਰ ਮੈਂ ਦਾਦੀ ਆਣਾ, ਹੁਣ ਬੁੱਢੀ ਲੱਗਦੀ ਹੈ ਤੇਰੀ, ਹੁਣ ਪਿਆਰ ਕਰਨਾ ਹੀ ਆ ਫਿਰ ਤੂੰ। ਹੋਰ ਨਾਲੇ ਸਿਆਣੀ ਵੀ ਬਾਹਲੀ ਆ। ਸਿਆਣੀ ਤਾਂ ਬਹੁਤ ਜ਼ਿਆਦਾ ਹੋ ਗਈ, ਇਹ ਤਾਂ ਨਾ ਇੱਜ਼ਤ ਕਰ, ਜੀਜੂ ਨਾਲੋਂ ਵੀ ਵੱਧ ਦਿਮਾਗ ਹੋ ਗਿਆ ਇਹਦਾ ਤਾਂ। ਬਸ ਜਮਾ ਹੀ ਆਪਦੇ ਪਿਓ ਤੇ ਗਈ ਹੈ ਜਮਾ ਪੂਰੀ। ਨਹੀਂ ਬਹੁਤ ਇੱਜ਼ਤ ਕਰਦੀ ਹੈ ਦਾਦੀ, ਆਦੀ ਕਰਦੀ ਹੈ, ਮੂੰਹ ਸੁੱਕਦਾ ਨਾ। ਸਿਆਣੀ ਤਾਂ ਬਹੁਤ ਜ਼ਿਆਦਾ ਆ, ਹੁਣ ਤਾਂ ਵਧੀਆ ਮਾਣ ਮਹਿਸੂਸ ਹੁੰਦਾ ਗਾ। ਹਾਂ ਇਹੋ ਜਿਹਾ ਧੀ ਪੁੱਤ ਤਾਂ ਘਰ ਘਰ ਹੋਵੇ, ਘਰ ਘਰ ਹੋਣਾ ਹੀ ਇਹ ਧੀਆਂ ਤਾਂ ਭਾਈ। ਇਹ ਧੀ ਕਾਹਦੀ ਤਾਂ ਪੁੱਤੀ ਆ ਮੇਰਾ। ਸਹੀ ਗੱਲ ਆ, ਲੋਕ ਕਹਿ ਦਿੰਦੇ ਨੇ ਧੀਆਂ ਨਾ ਹੋਣ, ਲੈ ਕਿਉਂ ਨਾ ਹੋਣ, ਧੀਆਂ ਹੁਣ ਆਏ ਆ, ਪਰ ਜਿਹਦੀਆਂ ਮਾੜੀਆਂ ਨਿਕਲ ਜਾਂਦੀਆਂ ਨੇ ਧੀਆਂ, ਹਨਾ, ਫਿਰ ਉਹਨਾਂ ਨੂੰ ਤਾਂ ਮਾੜੀ ਨਹੀਂ ਲੱਗਦੀਆਂ। ਫਿਰ ਉਹਨਾਂ ਨੂੰ ਤਾਂ ਹੋਰ ਰਾਤ ਨੂੰ ਉੱਠ ਕੇ ਥੋੜੀ ਖਾਂਦੀਆਂ, ਆਹੀ ਦੁੱਖ ਹੁੰਦਾ। ਜੇ ਸਿਆਣੀ ਧੀ ਹੋਵੇ ਤਾਂ ਫਿਰ ਪਿਓ ਦੀ ਪੱਗ ਉੱਚੀ ਹੋ ਜਾਂਦੀ ਹੈ। ਸਹੀ ਗੱਲ ਆ ਤੁਹਾਡੀ ਤਾਈ, ਹਾਂ ਇੰਨੀ ਸ਼ਾਨ ਉੱਚੀ ਹੋ ਜਾਂਦੀ ਪਿਓ ਦੀ, ਵੀ ਆਹ ਫਰਾਣੇ ਦੀ ਧੀ ਹੈ ਤੇ ਮੁੰਡਿਆਂ ਵਾਂਗੂ ਕੰਮ ਕੀਤਾ ਇਹਨੇ, ਮੁੰਡਿਆਂ ਵਾਂਗੂ ਕੰਮ ਕੀਤਾ। ਹਾਂ ਇੰਨੀ ਹੁਣ ਆਪਣੀ ਮਨੂ ਨੂੰ ਕੌਣ ਕਹਿ ਦੂਗਾ? ਲੈ ਹਾਂ ਦੇਖ ਲੈ ਫਿਰ, ਪੁੱਤਾਂ ਵਰਗੀ ਲੱਗਦੀ ਹੈ, ਪੁੱਤਾਂ ਵਰਗੀ ਲੱਗਦੀ ਹੈ। ਇੰਨੀਆਂ ਸਿਆਣੀਆਂ ਸਿਆਣੀਆਂ, ਉਹਦਾ ਇਹੋ ਜਿਹੀਆਂ ਗੱਲਾਂ ਆਪਾਂ ਨੂੰ ਨਹੀਂ ਆਉਂਦੀਆਂ ਜਿਹੜੀਆਂ ਇਹ ਕਰ। ਮੈਨੂੰ ਨਹੀਂ ਅਕਲ ਜਿੰਨੀ ਉਹਨੂੰ ਹੈ, ਪੜੇ ਪੜੇ ਲਿਖੇ ਦਾ ਤੇ ਅਨਪੜ੍ਹ ਦਾ ਬਹੁਤ ਫਰਕ ਹੁੰਦਾ, ਬਹੁਤ ਜ਼ਿਆਦਾ ਫਰਕ ਹੋ ਜਾਂਦਾ। ਬਾਕੀ ਨਾ ਤਾਈ ਜੀ ਬਾਹਰ ਰਹਿਣ ਕਰਕੇ ਵੀ ਹੋ ਜਾਂਦਾ, ਕਿਉਂਕਿ ਉਧਰ ਇਹੋ ਜਿਹਾ ਕੁਛ ਹੈ ਨਹੀਂ ਜਿਹੜਾ ਆਪਣੇ ਪੰਜਾਬ ਚ। ਹਾਂ ਹਾਂ ਜੀ ਬਹੁਤ ਕਰਦੀ ਹੈ, ਉਧਰ ਬੱਚੇ ਨੂੰ ਨੌਲੇਜ ਬਹੁਤ ਜ਼ਿਆਦਾ ਆ ਜਾਂਦੀ ਹੈ। ਸਹੀ ਗੱਲ, ਬਾਕੀ ਪੜ੍ਹਾਈ ਬਹੁਤ ਕਰ ਗਈ ਨਾ, ਪੜ੍ਹੀ ਤਾਂ ਵਾਧੂ ਹੈ। ਮੈਨੂੰ ਤਾਂ ਪਤਾ ਨਹੀਂ 15-16 ਪੜ੍ਹ ਗਈ ਕਹਿੰਦੀ ਮੈਂ, ਮੈਂ ਫਿਰ ਇਦੂ ਬਾਅਦ ਤੂੰ ਕੋਰਸ ਕਰ ਲਾ, ਆਦੀ ਕਰੇ ਆਈ ਕੋਰਸ ਕੀਤੇ ਹੁੰਦੇ ਨੇ। ਸਹੀ ਗੱਲ, ਕਹਿੰਦੀ ਕਰੇ ਬਹੁਤ ਵਧੀਆ, ਤੇ ਬਸ ਇਹਦਾ ਹੌਲੀ ਹੌਲੀ ਚਿੱਤ ਲੱਗਣ ਲੱਗ ਜੂਗਾ ਰੇ, ਕੋਈ ਗੱਲ ਨਹੀਂ, ਹਜੇ ਥੋੜੇ ਦਿਨ ਹੋਏ ਨੇ ਨਾ। ਨਹੀਂ ਇੱਕ ਉਹਦਾ ਪਾਪਾ ਨਾ ਘੱਟ ਟਾਈਮ ਦਿੰਦਾ ਉਹਨੂੰ, ਉਹ ਐਂ ਕਹਿੰਦੀ ਰਹਿੰਦੀ ਪਾਪੇ ਬਿਨਾਂ ਜੀਣ ਦਾ ਤੜਕ ਵਗੇ ਹੱਥੇ ਵਰਦੇ। ਫਿਰ ਤਾਈ ਜੀ ਤੁਹਾਨੂੰ ਪਤਾ ਤਾਂ ਹੈ ਹੁਣ ਉਹਨਾਂ ਨੂੰ ਕਿੰਨੇ ਕੰਮ ਰਹਿੰਦੇ ਨੇਗੇ। ਚਲੋ ਮੈਂ ਵੀ ਇੱਧਰ ਗੇਟ 'ਚ ਬੈਠ ਜਾ ਜਾ ਕੇ। ਹਾਂ ਬਾਈ ਮੈਂ ਆਖਿਆ ਚੱਲ ਬਿੰਦ ਤਾਈ ਕੋਲੇ ਗੱਲਾਂ ਕਰ ਲਾਂ, ਮੈਨੂੰ ਤਾਂ ਜੀ ਜਾ ਲੱਗਿਆ ਹੋਇਆ ਹੁਣ। ਹਾਂ ਨਾ ਵਧੀਆ, ਹੁਣ ਤਾਂ ਬਾਈ ਐਂ ਹੀ ਰਹੂਗੀ ਮੇਰੇ ਨਾਲ, ਮੈਨੂੰ ਪਤਾ ਮੇਰਾ ਵਾਧੂ ਕਰਦੀ ਹੈ। ਐਂ ਤਾਂ ਨਹੀਂ ਵੀ ਟਾਈਮ ਨਾ ਕਰ, ਠੀਕ ਹੈ ਨਾ? ਕੋਈ ਨਹੀਂ ਕੋਈ ਨਹੀਂ, ਕਰ ਲਾਂਗੇ ਕੋਈ ਗੱਲ ਨਹੀਂ। ਠੀਕ ਹੈ ਪੁੱਤ, ਠੀਕ ਹੈ। ਕਿਹਦੇ ਨਾਲ ਗੱਲਾਂ ਕਰੀ ਜਾਂਦਾ ਸਾਰਾ ਦਿਨ? ਗੱਲ ਕਿਹਦੇ ਨਾਲ? ਇਹ ਤਾਂ ਮੇਰਾ ਪੁੱਤ ਸੀਗਾ। ਤੇਰਾ ਪੁੱਤ? ਮੇਰਾ ਵੀ ਕੁਛ ਲੱਗਦਾ ਹੀ ਹੋਊਗਾ ਤੇਰਾ ਪੁੱਤ ਸੀ। ਹਾਂ ਜੋਤ ਦਾ ਫੋਨ ਸੀਗਾ। ਅੱਛਾ, ਉਹ ਐਂ ਕਹਿੰਦਾ ਸੀ, ਕਹਿੰਦਾ ਮੇਰਾ ਵੀ ਹੁਣ ਜੀ ਸਾਰੀ ਲੱਗਦਾ, ਉਹ ਕੱਲਾ ਰਹਿ ਗਿਆ ਇੱਥੇ। ਹੋਰ ਕਹਿੰਦਾ ਕਿ ਦੋਨੇ ਜਾਣੇ ਗੱਲਾਂ ਬਾਤਾਂ ਕਰਦੇ ਰਹਿੰਦੇ ਸੀਗੇ। ਹਾਂ ਮੈਨੂੰ ਤਾਂ ਫਿਰ ਹੁਣ ਆ, ਚੱਲ ਕੋਈ ਗੱਲ ਨਹੀਂ ਪੁੱਤ, ਦੇਖਦੇ ਆਂਗੇ, ਜਾਂ ਤਾਂ ਮਨੂ ਨੂੰ ਭੇਜ ਦਿੰਦੇ ਇੱਥੇ। ਹਾਂ ਤੇ ਪਤਾ ਚੱਲ ਮਨੂ ਤਾਂ ਕਾਹਨੂੰ, ਚੱਲ ਆਹੀ ਸਾਲ ਆ ਮੈਂ ਹੌਲੀ ਹੌਲੀ ਪੂਰਾ ਕਰ ਲੂੰਗਾ ਤੇ ਤਾਂ ਕਹਿੰਦਾ ਸੀਗਾ। ਨਾ ਫਿਰ ਉਹ ਕਿ ਪਿੱਛੇ ਰਹਿ ਗਿਆ, ਇੱਕੋ ਜੀ ਪੜ੍ਹਾਈ ਹੈ? ਇੱਕੋ ਜੀ ਨਹੀਂ, ਉਹ ਇਹ ਅੱਡੋ ਅੱਡ ਹਿਸਾਬ ਕਿਤਾਬ ਹੁੰਦੇ, ਇਹਨੇ ਆਪਦਾ ਹੋਰ ਹਿਸਾਬ ਨਾਲ ਕਰਿਆ, ਕੋਈ ਕੰਮ ਕੋਰਸ ਲਾ ਲਾ, ਕੋਈ ਉਹਨੇ ਆਪਦਾ ਹੋਰ ਹਿਸਾਬ ਨਾਲ ਕਰਿਆ, ਕੋਈ 2 ਸਾਲਾਂ ਦਾ ਹੁੰਦਾ, ਕੋਈ 3 ਦਾ ਹੁੰਦਾ, ਕੋਈ 3 ਦਾ ਹੁੰਦਾ, ਕੋਈ 4 ਦਾ ਹੁੰਦਾ, ਐਂ ਹੁੰਦਾ ਗਾ। ਠੀਕ ਹੈ, ਅੱਛਾ ਮੈਨੂੰ ਕੀ ਪਤਾ ਹੁਣ ਤੇਰਾ। ਬਸ ਇਹ ਚੀਜ਼ ਆ, ਨਹੀਂ ਤਾਂ ਫਿਰ ਇਕੱਠੇ ਆਉਂਦੇ। ਉਹ ਵੀ ਤਾਂ ਮੈਂ ਕਹਿੰਦੀ ਹਾਂ, ਉਹ ਮੈਂ ਤੈਨੂੰ ਐਂ ਕਹਿੰਦਾ ਸੀ, ਤੂੰ ਦੇਖ ਲਈ ਇਹਨੂੰ ਸਮਝਾ ਕੇ ਮਾੜਾ, ਮੈਂ ਤਾਂ ਐਂ ਕਹਿੰਦਾ ਸੀਗਾ ਜੇ ਆਪਣੀ
ਹੁਣ ਇਹਨੂੰ ਕਹਿਣਾ ਤਾਂ ਮਨੂ ਪਊਗਾ ਨਾ ਇਹਦੇ ਬੱਲੇ ਜੇ ਉਹਨੂੰ ਐਂ ਕਹਿ ਦਿੰਦੇ ਜੋਤ ਫਿਰ ਕਹਿ ਦਿੰਦੇ ਜਾਂ ਪ੍ਰਭ ਕਹਿ ਦਿੰਦੇ ਜਾਂ ਜੋਤ ਕਹਿ ਦਿੰਦੇ ਕਹਿੰਦੇ ਸਾਡੇ ਉਹ ਪਹਿਲਾਂ ਹੀ ਨਾਂ ਆ ਦੋ ਸਾਨੂੰ ਤਾਂ ਹੋਰ ਨਹੀਂ ਲੱਗਦੇ ਉਹ ਬਸ ਹੁਣ ਆਪਾਂ ਇਹੀ ਨਾਂ ਰੱਖ ਕੇ ਬਹਿ ਗਈ ਮਨੂ ਹਾਂ ਚੱਲ ਕੋਈ ਮਨੂ ਐਂ ਕਹਿੰਦੀ ਮੈਨੂੰ ਹਾਂ ਵੀ ਮੈਂ ਉੱਧਰ ਜਾਂਦੀ ਨਹੀਂ ਹੁਣ ਅੱਛਾ ਹੁਣ ਮੈਨੂੰ ਐਂ ਜੇ ਆਪਾਂ ਇੱਥੇ ਰੱਖਦੇ ਹਾਂ ਤਾਂ ਇਹਨੂੰ ਪਤਾ ਇਹਦੇ ਕੋਲ ਤਾਂ ਹੁਣ ਇਹਦਾ ਜਵਾਕਾਂ ਦੀ ਗੱਲ ਕਰਦੇ ਵੀ ਬਾਹਰ ਅੰਦਰ ਬਾਹਲਾ ਫਿਰ ਧਿਆਨ ਰੱਖਣਾ ਪਿਆ ਕਰੂਗਾ ਮੈਨੂੰ ਐਂ ਜੇ ਉੱਧਰ ਹੋਰ ਸਾਲ ਸੀ ਮਹੀਨੇ ਲਾ ਜਾਂਦੇ ਵਧੀਆ ਸੀ ਵਧੀਆ ਸੀ ਉੱਧਰ ਉਹ ਜਾਂਦੀ ਨਹੀਂ ਹੁਣ ਇਹ ਇੱਕ ਗੱਲ ਤੇ ਕਹਿੰਦੀ ਹੈ ਜਿਨ ਚਿਰ ਮੇਰੇ ਪੋਤਾ ਨਾ ਆਉਂਦਾ ਉਹਨਾਂ ਚਿਰ ਉੱਧਰ ਰਹਿ ਜਾਂਦੀ ਨਾਲੇ ਉਹਨਾਂ ਦਾ ਜੀ ਲੱਗਿਆ ਰਹਿੰਦਾ ਹਨਾ ਹੋਰ ਆਈ ਸੀ ਮੈਂ ਸਾਲ ਹੋ ਲਾਂਗੇ ਨਾਲ ਮੈਂ ਉਹ ਕੱਲ ਗਿਆ ਸੀ ਕਹਿੰਦੇ ਨਵੇਂ ਤੇ ਜਾਂਦੇ ਨਹੀਂ ਇਕੱਠੇ ਆ ਜਾਂਦੇ ਉਹ ਇਕੱਠੇ ਆ ਜਾਂਦੇ ਫਿਰ ਹੁਣ ਕਿਵੇਂ ਕਰਾਂਗੇ ਆਖੇ ਲੱਗੂਗੀ ਇਹ ਜਾਣ ਤੇ ਦੇਖ ਕੇ ਨਾ ਕਹਿ ਕੇ ਦੇਖੂ ਹੋਰ ਜੇ ਮੰਨ ਗਈ ਤਾਂ ਪਰ ਮੁਸ਼ਕਲ ਲੱਗਦਾ ਤੂੰ ਦੇਖ ਨਹੀਂ ਕਹਿ ਕੇ ਮੈਂ ਤਾਂ ਕਹਿੰਦੀ ਨਹੀਂ ਆਏ ਆਖੂਗੀ ਦਾਦੀ ਤੇਰਾ ਜੀ ਅੱਕ ਗਿਆ ਮੇਰੇ ਤੋਂ ਹੁਣ ਤਾਂ ਉਹਦੀ ਐਂ ਕਹਿ ਦੂਗੀ ਮੈਂ ਨਹੀਂ ਕਹਿੰਦੀ ਚੱਲ ਕਹਿੰਦੀ ਸੀ ਕਿ ਮੈਂ 5-7 ਦਿਨ ਮੈਂ ਆਪਦੀ ਸਹੇਲੀ ਕੋਲੇ ਜਾਣਾਗਾ ਹਾਂ ਉੱਥੇ ਲਾ ਕੇ ਆਉਣੀ ਅੱਜ ਹੱਥ ਨਹੀਂ ਫਿਰ ਛੱਡਿਆ ਮੈਂ ਉਹਨੂੰ ਆ ਤਾਂ ਉਹਦੀ ਮੰਮੀ ਵੀ ਆਈ ਸੀ ਮਖਮਾਈ ਆਉਣੀ ਸੀ ਉਹਦੀ ਮੰਮੀ ਕਿਦੋਂ ਆਈ ਸੀ ਆਈ ਸੀ ਕਿ ਅੱਜ ਹੀ ਮੈਂ ਤੈਨੂੰ ਦੱਸਿਆ ਨਹੀਂ ਤੂੰ ਤਾਂ ਸਾਰਾ ਦਿਨ ਬਾਹਰ ਰਹਿੰਦਾ ਦੱਸਾਂ ਕਿਹੜੇ ਵੇ ਗੱਲ ਦੱਸਾਂ ਉਹਦੇ ਨਾਲ ਆ ਤਾਂ ਉਹਦੀ ਕਿਤੇ ਮਾਮੀ ਨਾਲ ਆ ਮੈਂ ਤਾਂ ਉਹਦੀ ਕਹਿਦਾ ਮੈਂ ਨਾ ਭਾਈ ਕਿੰਨੇ ਚਿਰ ਤੋਂ ਆਈ ਹੈ ਮੇਰੇ ਤਾਂ ਹਜੇ ਆਪਦੇ ਨਹੀਂ ਮਨ ਭਰਿਆ ਉਹਦੇ ਦਿਨ ਨਾ 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 ਤੈਨੂੰ ਹੋਰ ਵੀ ਗੱਲ ਆ ਕਿਤੇ ਕੱਲ ਨੂੰ ਕਹਦੇ ਮੈਂ ਬੈਠੀ ਆ ਕਿਤੇ ਲੈ ਜਾਓ ਲੈ ਨਾ ਨਾ ਉਹ ਮਿੰਦਰ ਮਰ ਗਈ ਜਿਹੜੀ ਐਂ ਕਹਿੰਦੀ ਸੀ ਪਹਿਲੇ ਪਹਿਲਾਂ ਇਹਦੇ ਚ ਗੱਲ ਹੋਰ ਆ ਮੈਂ ਤੈਨੂੰ ਦੱਸੂਗਾ ਬਾਅਦ ਚ ਤੇਰੇ ਨਾਲ ਬਾਅਦ ਚ ਕਰੂੰਗਾ ਮੈਂ ਤਾਂ ਬਹੁਤ ਜ਼ੋਰ ਲਾਇਆ ਮੈਂ ਤਾਂ ਮਨਾ ਕਰਤਾ ਮੈਂ ਨਾ ਚਲ ਮੈਂ ਤੇਰੇ ਨਾਲ ਬਾਅਦ ਚ ਕਰੂੰਗਾ ਲੋ ਠੀਕ ਹੈ ਠੀਕ ਆਹੋ ਬਿਲਕੁਲ ਕਿੰਨਾ ਮਰਜ਼ੀ ਕਹੀ ਜਾਵੇ ਕਈ ਵਾਰੀ ਕਹਿੰਦੇ ਸਾਡਾ ਜੀ ਨਹੀਂ ਲੱਗਦਾ ਉਹ ਲੱਗਦਾ ਕੁਛ ਵੀ ਕਹਿੰਦੇ ਚਾਹੀਦਾ ਐਵੇਂ ਵੀ ਮਿਹਣਾ ਦਿੱਤਾ ਕਹੀਂ ਜੇ ਸਾਡੀ ਦੋਤੀ ਹੁੰਦੀ ਧੀ ਹੁੰਦੀ ਤਾਂ ਫਿਰ ਤੁਸੀਂ ਮੋੜ ਦਿੰਦੇ ਸਾਨੂੰ ਵਾਹ ਬਾਈ ਮੈਂ ਤਾਂ ਤੋਰਦੀ ਨਹੀਂ ਕਿਵੇਂ ਮਰਜ਼ੀ ਕਹੀ ਜਾਓ ਕੋਈ ਗੱਲ ਨਹੀਂ ਕਹਿੰਦੇ ਜਦੋਂ ਮਾਮੀ ਬਣ ਕੇ ਆਈ ਨਾ ਉਦੋਂ ਤੋਰ ਦਿਆਂਗੇ ਹਾਂ ਆਹੋ ਮੈਨੂੰ ਪਤਾ ਉਹਦਾ ਜਦੋਂ ਮਾਮੀ ਬਣ ਕੇ ਬਥੇਰਾ ਭੇਜ ਦਿਆਂਗੇ ਹਜੇ ਤੂੰ ਮਾਮੀ ਹੈ ਨਹੀਂ ਕਹਿੰਦੇ ਮਾਮੀ ਹੋ ਮਾਮੀ ਦੱਸੂਗਾ ਮੈਨੂੰ ਤਾਂ ਖੋਟ ਜਿਹਾ ਲੱਗਿਆ ਮੈਂ ਤਾਂ ਸਾਫ਼ ਹੀ ਕਹਿਤਾ ਮੈਂ ਨਾ ਮੇਰੇ ਤਾਂ ਆਪਦਾ ਨਹੀਂ ਲੱਗਦਾ ਕਿੰਨੇ ਚਿਰ ਤੋਂ ਆਈ ਹੈ ਮੇਰੇ ਬਾਰੇ ਉਹ ਖੋੜ ਜਾ ਕੇ ਲੱਗਿਆ ਤੈਨੂੰ ਮੈਂ ਦੱਸ ਹੀ ਦੇਣਾ ਸਾਰੀ ਗੱਲ ਫਿਰ ਐਵੇਂ ਮੈਂ ਜੇ ਲੁਕੋ ਰੱਖ ਕੇ ਕੱਲ ਨੂੰ ਫੇਰ ਪਊਗਾ ਇਹ ਜਿਹੜਾ ਕਰਮਜੀਤ ਤੇ ਘਸੀਟਾ ਰਾਮ ਉਹਨੇ ਟੀਮ 'ਚ ਜਾ ਕੇ ਰਲ ਗਈ ਉਹਨਾਂ ਨੇ ਪੈਸੇ ਪੂਸੇ ਦੇ ਤੇ ਇਹਨਾਂ ਨੂੰ ਉਹਨਾਂ ਨੇ ਕਿਹਾ ਹੋਊਗਾ ਵੀ ਕੁੜੀ ਨੂੰ ਇੱਥੇ ਲਿਆ ਕੇ ਅਸੀਂ ਜਾ ਕੇ ਇੱਥੇ ਕੱਟਣਾ ਆਪ ਕਰ ਲਾਂਗੇ ਅੱਛਾ ਹਾਂ ਕੱਲ ਨੂੰ ਮੈਂ ਤਾਂ ਕਹਿਣਾ ਗਾ ਇਹ ਤਾਂ ਹੁਣ ਚੁੱਪ ਜੀ ਫਾਇਦਾ ਉੱਤੋਂ ਆਹੋ ਭਾਈ ਕਰਦਿਆ ਕਰ ਹੁਣ ਮੈਂ ਤੈਨੂੰ ਸਿਰਿਆ ਦੀ ਗੱਲ ਹੀ ਦੱਸ ਦਿੰਦਾ ਬਸ ਹੁਣ ਤਾਂ ਫਿਰ ਮੈਨੂੰ ਪਤਾ ਲੱਗ ਗਿਆ ਆਹੋ ਠੀਕ ਹੈ ਇਹ ਤਾਂ ਉਹਨਾਂ ਨਾਲ ਜਾ ਕੇ ਰੱਖ ਗਈ ਮਾਮਾ ਸਹੀ ਆ ਮਾਮੇ ਨੂੰ ਮੈਂ ਕਦੋਂ ਗੱਲ ਕਰੀ ਸੀ ਮੈਂ ਤਾਂ ਮਾਮਾ ਕਹਿੰਦਾ ਕਿਵੇਂ ਸੰਭਾਲ ਗਏ ਮੂਰ ਤੋਂ ਵੀ ਮੈਂ ਚੋਰੂਆਂ ਘਰੇ ਕੰਮ ਕੈਮਰੇ ਲਵਾਤੇ ਇਹਨਾਂ ਦੇ ਕੌਣ ਆਉਂਦਾ ਕੌਣ ਜਾਂਦਾ ਗਾ ਆਹੋ ਉਹ ਵੀ ਹੁਣ ਕੰਨ ਖਿੱਚੂ ਤਾਂ ਹੀ ਕੱਲੀ ਆਈ ਜੀ ਚਲਾਕ ਵਾਲੀ ਆ ਮੰਮੀ ਦਾ ਬਹੁਤ ਮਾਮੇ ਚ ਕੋਈ ਕਸੂਰ ਨਹੀਂ ਮਾਮਾ ਆਈ ਮੈਂ ਕਹਿੰਦੇ 100 ਦਾ 100 ਰੁਪਏ ਆਨੇ ਸਹੀ ਆ ਇਹੀ ਆ ਕੱਲੀ ਬਸ ਇਹੀ ਆ ਇਹ ਜੀ ਮੈਂ ਇਸੇ ਦੀ ਗੱਲ ਕਰਦੀ ਆ ਬਸ ਕਈ ਵਜੇ ਵਾਲਾ ਕਹਿ ਦਿੰਦਾ ਵਿਸ਼ਵਾਸ ਕਰ ਲੈਂਦਾ ਮੈਂ ਤੁਹਾਨੂੰ ਤਾਂ ਸਿਰੇ ਵਾਲੀ ਗੱਲ ਦੱਸ ਹੀ ਦਿੱਤੀ ਅੱਜ ਬਸ ਠੀਕ ਹੈ ਮੈਨੂੰ ਮੈਂ ਕਦੇ ਲੁਕੋ ਰੱਖਾਂ ਤੇ ਮੁੜ ਕੇ ਦਾਪ ਆ ਕੇ ਲੈ ਵੀ ਆਪਾਂ ਤੋਰਨੀ ਨਹੀਂ ਜੇ ਇਹਦੇ ਨਾਲ ਤੋਰੀਆਂ ਕੀ ਕੱਲ ਨੂੰ ਕੁਝ ਵੀ ਕਰ ਸਕਦੀ ਹੈ ਨਾ ਨਾ ਹੁਣ ਤਾਂ ਮੈਨੂੰ ਫਿਰ ਪਤਾ ਲੱਗ ਗਿਆ ਬਸ ਇਹ ਗੱਲ ਧਿਆਨ ਰੱਖੀ ਮੈਂ ਤੁਹਾਨੂੰ ਤਾਂ ਕਹਿਣਾਗਾ ਠੀਕ ਹੈ ਤੇ ਮੈਂ ਹੁਣ ਤਾਂ ਇਹਦੇ ਬਾਪੂ ਨੂੰ ਵੀ ਫੋਨ ਲਾਇਆ ਗਿਆ ਨਾਨੇ ਨੂੰ ਵੀ ਫੋਨ ਲਾਇਆ ਸੀਗਾ ਉਹਨੂੰ ਵੀ ਕਹਿਣਾ ਵੀ ਅੰਮਾ ਦਾ ਧਿਆਨ ਰੱਖਿਆ ਕਰੂ ਘਰੇ ਠੀਕ ਹੈ ਠੀਕ ਠੀਕ ਹੈ ਨਾ ਮੈਂ ਤਾਂ ਤੋਰਦੀ ਨਹੀਂ ਤੂੰ ਆ ਤੇਰੇ ਹੁੰਦੇ ਤੋਰਾਂਗੇ ਜੇ 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 ਉਹ ਬਾਲੇ ਕਰਨ ਲੱਗੇ ਮੈਂ ਨਹੀਂ ਤੋਰਦੀ ਹੈਗੀ ਕੋਈ ਨਹੀਂ ਤੇਰੀ ਮਰਜ਼ੀ ਨਹੀਂ ਨਹੀਂ ਮਾਮਾ ਲੈ ਕੇ ਜਾਵੇ ਮਾਮੇ ਨੇ ਮੇਰੀ ਸਾਰੀ ਗੱਲ ਹੋਈ ਵੀ ਉਹਨੂੰ ਪਤਾ ਹੈਗਾ ਮੈਂ ਠੀਕ ਹੈ ਆਹੋ ਬਸ ਉਹ ਮੇਰੇ ਨਾਨੇ ਨੂੰ ਫੋਨ ਲਾਹੀ ਜੇ ਅੱਜ ਆ ਗਿਆ ਤਾਂ ਉਹ ਵਾਲੀ ਵਧੀ ਗੱਲ ਆ ਆਉ ਕੀ ਹੈ ਤਾਂ ਆ ਗਈ ਲੈ ਆ ਹੀ ਗਿਆ ਨਾਨਾ ਜੀ ਸ੍ਰੀ ਅਕਾਲ ਜੀ ਸ੍ਰੀ ਅਕਾਲ ਸ੍ਰੀ ਅਕਾਲ ਸ੍ਰੀ ਅਕਾਲ ਜੀ ਤੁਸੀਂ ਗੱਲਾਂ ਮਾਰੋ ਮੈਂ ਜਾ ਤਰਦੀ ਪਹਿਲਾਂ ਉਹਨੂੰ ਭੇਜਦੀ ਸੋਨੀ ਨਾਲੇ ਪਾਣੀ ਲਿਆਉਗੀ ਹੋਰ ਦੱਸੋ ਜੀ ਮੈਂ ਠੀਕ ਹੈ ਭਾਈ ਆ ਲੋਟ ਹੋ ਗਏ ਤਾਂ ਕੀ ਹੈ ਕੋਈ ਨਹੀਂ ਕੋਈ ਹੋਰ ਠੀਕ ਹੈ
ਵਧੀਆ ਚਲੋ ਭਾਈ ਚੰਗੀ ਗੱਲ ਆ ਵਧੀਆ ਵਧੀਆ ਉਹ ਮੈਂ ਤਾਂ ਜਾਣਾ ਆਇਆ ਸੀ ਤੇਰੇ ਕੋਲ ਮੈਨੂੰ ਕਹਿ ਨੇ ਮੇਰੇ ਗੱਲ ਰੜਕੀ ਜੇ ਜਾਂਦੀ ਹੈ ਵੀ ਪਤਾ ਨਹੀਂ ਕੀ ਗੱਲ ਹੈ ਹੈ ਉਹ ਤਾਂ ਤੈਨੂੰ ਮੈਂ ਦੱਸ ਦੇਣਾ ਕੀ ਗੱਲ ਆ ਉਹ ਮੈਂ ਤੈਨੂੰ ਤਾਂ ਬੁਲਾਇਆ ਸੀ ਜਦੋਂ ਕੱਲ੍ਹ ਵੀ ਮਾਮੀ ਆਈ ਸੀਗੀ ਇੱਥੇ ਅੱਛਾ ਵੀ ਕਹਿੰਦੇ ਜੀ ਮੈਨੂੰ ਵੀ ਸਾਡੇ ਨਾਲ ਭੇਜ ਦਿਓ ਦੋ ਦਿਨ ਲਾਇਓ ਪਿੰਡ ਅੱਛਾ ਅਤੇ ਇਹਨਾਂ ਨੇ ਜਵਾਬ ਦਿੱਤਾ ਮੇਰੀ ਮਾਂ ਨੇ ਵੀ ਇਹ ਬਾਅਦ 'ਚ ਭੇਜਾਂਗੇ ਤੈਨੂੰ ਮੈਂ ਗੱਲ ਦੱਸਦਾ ਵਿੱਚੋਂ ਕੀ ਹੈ ਦੇਖ ਜਿਹੜਾ ਘਸੀਟਾ ਰਾਮ ਦਾ ਤੂੰ ਜਾਣਦੇ ਹੀ ਆ ਪਹਿਲਾਂ ਪੁਲਿਸ 'ਚ ਲੱਗਿਆ ਹੁੰਦਾ ਸੀਗਾ ਜਿਹੜੇ ਨਾਲ ਰੀਤ ਬਾਕੀ ਸੀ ਜਿਹੜਾ ਕਰਮਜੀਤ ਹੈਗਾ ਇਹਨਾਂ ਰਲਿਆ ਹੋਇਆ ਇੱਕ ਕੁੜੀ ਅਮਨ ਰਲੀ ਵੀ ਇਹਨਾਂ ਨਾਲ ਤਿੰਨ ਚਾਰੇ ਰਲੇ ਹੋਏ ਆ ਜਿਹੜੇ ਮੰਨ ਕੇ ਚੱਲ ਸਾਰਿਆਂ ਦਾ ਇਕੱਠਾ ਗਰੁੱਪ ਆ ਇਹਨਾਂ ਦਾ ਸਮਝ ਗਿਆ ਗਲਤ ਕੰਮ ਕਰਦੇ ਨੇ ਇਹ ਹਾਂ ਇਹ ਮਾਮੀ ਉਹਨਾਂ ਨਾਲ ਰਲਦੀ ਹੈ ਹਾਂ ਇਹ ਤੂੰ ਕੀ ਗੱਲ ਕਹੀ ਇਹਨੇ ਇਹ ਇਸ ਗੱਲ ਦਾ ਮਾਮੇ ਨੂੰ ਵੀ ਪਤਾ ਗਾ ਇਹਨੂੰ ਤਾਂ ਪਤਾ ਨਹੀਂ ਗਾ ਘਰੇ ਕੈਮਰੇ ਲਵਾ ਤੇ ਆਪਾਂ ਉੱਥੇ ਛੋਟੇ ਘਰੇ ਅੱਛਾ ਅੱਛਾ ਹਾਂ ਹੁਣ ਕੈਮਰੇ 'ਚ ਸਾਰਾ ਕੁਛ ਆਉਂਦਾ ਲੁਕੋ ਕੇ ਲਵਾਏ ਵੇ ਸਾਰੀ ਗੱਲਬਾਤ ਆ ਮੈਨੂੰ ਇੱਥੇ ਬੈਠੇ ਨੂੰ ਪਤਾ ਲੱਗਦਾ ਮਾਮੇ ਨਾਲ ਵੀ ਟੈਚ ਆ ਸਾਨੂੰ ਪਤਾ ਲੱਗਦਾ ਤੁਹਾਡੇ ਘਰੇ ਕਿਹੜਾ ਆਉਂਦਾ ਕਿਹੜਾ ਜਾਂਦਾ ਉਹ ਜਿਹੜਾ ਕਰਮਜੀਤ ਆ ਤੁਹਾਡੇ ਘਰੇ ਆ ਕੇ ਜਾਂਦਾ ਗਾ ਨਹੀਂ ਜਦੋਂ ਤੂੰ ਮੈਨੂੰ ਐਂ ਕਿਹਾ ਵੀ ਕਿ ਵੀ ਮਾਮੀ ਨਾਲ ਰਲ ਗਈ ਮੈਨੂੰ ਤਾਂ ਬਹੁਤ ਧੱਕਾ ਜਿਹਾ ਲੱਗਿਆ ਇਸ ਗੱਲ ਦਾ ਅਤੇ ਜਿਹੜੀ ਤੂੰ ਗੱਲ ਕੈਮਰਿਆਂ ਦੀ ਕਰਦਾ ਕਿ ਇਹਨਾਂ ਨੂੰ ਕੌਣ ਝੂਠੇ ਕਰੂ ਫਿਰ ਤਾਂ ਹੀ ਗੱਲ ਆ ਨਾ ਵੀ ਮੈਂ ਹੁਣ ਉੱਥੇ ਚੰਨੀ ਉਹਨੂੰ ਕਹਿੰਦਾ ਮੈਂ ਕਰ ਦੂੰਗਾ ਕੁਛ ਨਹੀਂ ਉਹਦੇ ਨਾਲ ਆਪਾਂ ਬੋਲਣਾ ਹੀ ਲੜਨਾ ਨੀਗਾ ਯਾਰ ਨਾਲ ਆਪਾਂ ਨੂੰ ਸਮਝਾਵਾਂਗੇ ਜੇ ਹੋਰ ਬੰਦਾ ਹੁਣ ਤਾਂ ਫੜ ਕੇ ਮੈਂ ਛੱਡ ਦਿੰਦਾ ਉਹ ਤਾਂ ਠੀਕ ਹੈ ਗੱਲ ਵੀ ਆਪਾਂ ਨੂੰ ਪਿਆਰ ਨਾਲ ਸਮਝਾਵਾਂਗੇ ਠੀਕ ਹੈ ਗੱਲ ਤੇਰੀ ਉਹ ਇਹੋ ਜਿਹੇ ਬੰਦੇ ਨਾਲ ਪਿਆਰ ਕਾਹਦਾ ਹੈ ਉਹ ਨਹੀਂ ਫਿਰ ਵੀ ਹੁਣ ਆਪਾਂ ਘਰ ਖਰਾਬ ਕਰਨਾ ਬੰਦਾ ਇੱਥੇ ਲਾ ਲਾ ਸੋਨੀ ਤੇ ਲਾ ਲਾ ਸੋਨੀ ਵੀ ਪਹਿਲਾਂ ਉਹਨਾਂ ਦੇ ਕਿੰਨਾ ਸੁਧਰ ਕੇ ਦੇਖ ਕੇ ਤੇ ਕਿੱਧਰ ਆ ਕੇ ਬੰਦਾ ਸੁਧਰ ਜਾਂਦਾ ਹੁੰਦਾ ਨਹੀਂ ਉਹ ਤਾਂ ਠੀਕ ਹੈ ਗੱਲ ਇਹ ਹੁਣ ਆਪਲੇ ਹੀ ਘਰ ਪੱਟੀ ਜਾਂਦੇ ਨੇ ਕਮਾਲ ਹੈ ਵੀ ਕੀ ਕੁਛ ਹੋ ਕੇ ਹਟਿਆ ਹੁਣ ਦੁਬਾਰੇ ਫੇਰ ਸ਼ੁਰੂ ਹੋ ਗਿਆ ਕੰਮ ਇਹ ਪਰ ਉਹੀ ਗੱਲ ਆ ਨਾ ਆਪਾਂ ਨੂੰ ਸਮਝਾਵਾਂਗੇ ਪਿਆਰ ਨਾਲ ਵੀ ਇਹਨਾਂ ਕਰਨਾ ਕੁਛ ਨਹੀਂ ਹੁੰਦਾ ਜੇ ਸਮਝ ਤਾਂ ਠੀਕ ਰਹੋ ਨਹੀਂ ਫਿਰ ਤੈਨੂੰ ਪਤਾ ਤਾਂ ਹੈਗਾ ਹੀ ਆ ਜੀਜੂ ਨਾਨਾ ਹੀ ਜਾਂਦੇ ਤਾਂ ਨਹੀਂ ਹਜੇ ਕਿਵੇਂ ਮੈਂ ਅਰੇ ਭਈ ਗੱਲਾਂ ਬਾਤਾਂ ਨਹੀਂ ਕਰਦਾ ਜਾ ਕੇ ਆਉਣਾ ਸੀ ਮੰਨੂ ਲੈ ਕੇ ਜਾਂਦੀ ਆ ਜਾਇਓ ਜਾਓ ਕੋਈ ਨਹੀਂ ਮੈਂ ਤਾਂ ਹੀ ਫਿਰ ਵਰਦੀ ਚੇਂਜ ਕਰਤੀ ਸੀ ਨਾ ਨਾ ਜਾਇਓ ਮਾਤਾ ਤਾਂ ਕਹੀ ਰਵੀ ਨੂੰ ਫੋਨ ਕਰ ਹੀ ਦੇਣਾ ਹੈਲੋ ਹਾਂ ਕਰਮਜੀਤ ਉਹ ਰਵੀ ਐਂ ਕਰ ਮੋਟਰਸਾਈਕਲ ਲੈ ਕੇ ਆ ਜਾ ਛੇਤੀ ਕਿਉਂ ਬਣ ਗਿਆ ਕੰਮ ਹਾਂ 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 ਉਹ ਮਾਤਾ ਹੁਣੀ ਨਿਕਲਿਆ ਕਰੋ ਤੇ ਉਹਨੂੰ ਵਾਪਸੀ ਤੇ ਆਪਾਂ ਚੱਕ ਹੀ ਲੈਣਾ ਬਸ ਆ ਗਿਆ ਮਿੰਟ ਪੰਜਾਂ ਜੀ ਆ ਗਿਆ ਛੇਤੀ ਆ ਜਾ ਬੜਾ ਟਾਈਮ ਨਾਲ ਆਈ ਨਿਗਾਹ ਰੱਖੀ ਬੁੜੀ 'ਚ ਹਾਂ ਹਾਂ ਪੂਰੀ ਨਿਗਾਹ ਮੈਂ ਮਗਰ ਹੀ ਕਰਦਾ ਉਹਦਾ ਮੈਂ ਆ ਗਿਆ ਠੀਕ ਹੈ ਪਤਾ ਵੀ ਗਈ ਵੀ ਆ ਹਾਂ ਹਾਂ ਆਉਂਦੀ ਹੋਊ ਮਾਤਾ ਹੋ ਆਉਂਦੀ ਹਾਂ ਬਾਅਦ ਚੁੱਪ ਰਹਿਣਾ ਇੱਥੇ ਦੱਸਿਆ ਜੀ ਯਾਰ ਮੈਂ ਤਾਂ ਭੁੱਲ ਗਿਆ ਹੁਣ ਕਿੰਨੇ ਸਾਲ ਹੋ ਗਏ ਯਾਰ ਆਇਆ ਨੂੰ ਸਤਿ ਸ੍ਰੀ ਅਕਾਲ ਮਾਤਾ ਪਹਿਲੀ ਪੈਨੇ ਅਸੀਂ ਕਿ ਮਾਤਾ ਜੀ ਐਮਐਲਏ ਦੇ ਘਰੇ ਜਾਣਾ ਸੀ ਮਾਤਾ ਜੀ ਹਾਂ ਜੀ ਐਮਐਲਏ ਦੇ ਘਰੇ ਹਾਂ ਜੀ ਹਾਂ ਕੰਮ ਹੈ ਕੋਈ ਹਾਂ ਇੱਥੇ ਉਹ ਚਰਨਾ ਐਮਐਲਏ ਆ ਜੀ ਮੋਟਰਸਾਈਕਲ ਦੀ ਬਹਿ ਜਾਓ ਬਾਹਲਾ ਭਲਾ
ਸਾਰਿਆਂ ਤੋਂ ਪਹਿਲਾਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ। ਅੱਜ 178ਵਾਂ ਭਾਗ ਚੰਨੀ ਵਾਲਿਆਂ ਵਾਲੀ ਚੈਨਲ 'ਤੇ 1 ਵਜੇ ਆਊਗਾ, ਜ਼ਰੂਰ ਦੇਖਣਾ। ਅਤੇ 5 ਵਜੇ ਚਰਨਾ ਸਰਪੰਚ 'ਤੇ ਆਊਗਾ, ਦੋਨੇ ਭਾਗ ਜ਼ਰੂਰ ਦੇਖਣਾ। ਸਾਰਿਆਂ ਦਾ ਧੰਨਵਾਦ।